ਸਤਸੰਗ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ। ਪੇਸ਼ਤਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਨੌ ਖਜ਼ਾਨਿਆਂ ਵਾਲਾ ਪਰਮਾਤਮਾ ਦਾ ਨਾਮ, ਹਰ ਇੱਕ ਤਰ੍ਹਾਂ ਦੇ ਆਨੰਦ ਤੇ ਰਸ ਦੇਣ ਵਾਲਾ ਪ੍ਰਭੂ ਦਾ ਨਾਮ, ਜ਼ਿੰਦਗੀ ਨੂੰ ਸਫਲ ਕਰਨ ਵਾਲਾ ਪ੍ਰਭੂ ਦਾ ਨਾਮ, ਇਹ ਕਿਸੇ ਬਾਜ਼ਾਰ ਦੇ ਚੋਂ ਨਹੀਂ ਮਿਲੇਗਾ, ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਤੀਰਥ ਤੋਂ ਵੀ ਨਹੀਂ ਮਿਲੇਗਾ, ਕਿਸੇ ਧਾਰਮਿਕ ਅਸਥਾਨ ਤੋਂ ਵੀ ਨਹੀਂ ਮਿਲੇਗਾ, ਜੀਵਨ ਦੇ ਚੋਂ ਮਿਲੇਗਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਧਾਰਮਿਕ ਮੰਦਿਰ ਵਿੱਚ ਇਸ ਵਾਸਤੇ ਜਾਣਾ ਤਾਂ ਕਿ ਸਮਝ ਪੈ ਜਾਏ ਕਿ ਨਾਮ ਦੀ ਖੋਜ ਜੀਵਨ ਵਿੱਚ ਕਰਨੀ, ਬਸ ਇਤਨਾ ਹੀ ਲਾਭ ਹੈ। ਬਾਹਰ ਟੋਲੇ ਸੋ ਭਰਮ ਭੁਲਾਏ, ਜੋ ਪ੍ਰਭੂ ਦੇ ਨਾਮ ਨੂੰ ਬਾਹਰ ਲੱਭਦਾ ਹੈ, ਭਰਮ ਦੇ ਚ ਹੈ, ਬੁਲੇਖੇ ਦੇ ਚ ਹੈ, ਤੇ ਜੋ ਜੀਵਨ ਦੇ ਅੰਦਰ ਪਦਾਰਥਾਂ ਨੂੰ ਲੱਭਦਾ ਹੈ, ਧਨ ਨੂੰ ਲੱਭਦਾ ਹੈ, ਉਹ ਵੀ ਭਰਮ ਤੇ ਬੁਲੇਖੇ ਚ ਹੈ। ਪਦਾਰਥ ਬਾਹਰ ਮਿਲਣਗੇ, ਪਰਮਾਤਮਾ ਅੰਦਰੋਂ ਮਿਲੇਗਾ। ਧਨ ਬਾਹਰ ਮਿਲੇਗਾ ਸਾਧਨਾ ਨਾਲ, ਮਿਹਨਤ ਨਾਲ, ਪ੍ਰਭੂ ਦਾ ਨਾਮ ਅੰਦਰੋਂ ਮਿਲੇਗਾ, ਪਰ ਇਹ ਵੀ ਮਿਹਨਤ ਨਾਲ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਦਾ, ਜਿਤਨੀ ਮੁਸ਼ਕਤ ਮਿਹਨਤ ਤੇ ਸਮਾਂ ਮਨੁੱਖ ਪਦਾਰਥਾਂ ਨੂੰ ਕਮਾਉਣ ਵਾਸਤੇ ਖਰਚ ਕਰਦਾ ਹੈ, ਉਹਦਾ ਦਸਵਾਂ ਭਾਗ ਵੀ ਨਹੀਂ ਖਰਚ ਕਰਦਾ ਪਰਮਾਤਮਾ ਨੂੰ ਪ੍ਰਗਟ ਕਰਨ ਵਾਸਤੇ। ਔਰ ਭਰੋਸਾ ਵੀ ਮਨੁੱਖ ਦਾ ਜੀਵਨ ਭਰ ਡੋਲਦਾ ਰਹਿੰਦਾ ਹੈ। ਮਨੁੱਖ ਦੀ ਜ਼ਿੰਦਗੀ ਦੱਸਦੀ ਏ ਇਹ ਪਰਮਾਤਮਾ ਤੋਂ ਬਿਨਾਂ ਜੀ ਰਹੇ ਹੈ। ਜੀਵਨ ਦੱਸਦਾ ਪਿਆ ਇਹ ਪਰਿਵਾਰ ਦੇ ਨਾਲ ਜੀ ਰਿਹਾ ਹੈ, ਇਹ ਅਰਥ ਵਿਵਸਥਾ ਦੇ ਨਾਲ ਵੀ ਜੀ ਰਿਹਾ ਹੈ, ਇਹ ਕਾਰੋਬਾਰ ਨਾਲ ਜੀ ਰਿਹਾ ਹੈ, ਇਹ ਨਿਰੰਕਾਰ ਦੇ ਨਾਲ ਨਹੀਂ ਜੀ ਰਿਹਾ। ਜੀਵਨਾ ਦੱਸਦਾ ਪਿਆ, ਜ਼ਿੰਦਗੀ ਦੱਸਦੀ ਪਈ ਹੈ। ਇਸ ਕੋਲ ਸਾਰੇ ਦਾ ਸਾਰਾ ਜੀਵਨ ਹੈ, ਧਾਰਮਿਕ ਜੀਵਨ ਨਹੀਂ ਹੈ। ਧਾਰਮਿਕ ਜੀਵਨ ਹੈ ਪਰਮਾਤਮਾ ਦੇ ਨਾਲ ਜੀਵਨ, ਸਮਾਜਿਕ ਜੀਵਨ ਹੈ ਪਰਿਵਾਰ ਦੇ ਨਾਲ ਜੀਵਨ, ਆਰਥਿਕ ਜੀਵਨ ਹੈ ਕਾਰੋਬਾਰ ਦੇ ਨਾਲ ਜੀਵਨ, ਪਰ ਧਾਰਮਿਕ ਜੀਵਨ ਤੇ ਹੈ ਗੁਰੂ ਨਾਲ ਜੀਵਨ, ਪਰਮਾਤਮਾ ਨਾਲ ਜੀਵਨ। ਹਰ ਤਰ੍ਹਾਂ ਦਾ ਜੀਵਨ ਮਨੁੱਖ ਕੋਲ ਹੈ, ਸਾਰੀ ਦੁਨੀਆਂ ਵਿੱਚ ਮਨੁੱਖ ਕੋਲ ਧਾਰਮਿਕ ਜੀਵਨ ਨਹੀਂ ਹੈ।
ਕਿਸੇ ਧਾਰਮਿਕ ਮੰਦਿਰ ਵਿੱਚ ਜਾ ਕੇ ਕਥਾ ਕੀਰਤਨ ਸੁਣ ਕੇ ਕੋਈ ਮਨੁੱਖ ਧਾਰਮਿਕ ਨਹੀਂ ਹੋ ਜਾਂਦਾ, ਇਹ ਵੀ ਮੈਂ ਅਰਜ਼ ਕਰਦਾ। ਵਰਨਾ ਤਾਂ ਸਾਰੇ ਹੀ ਮਨੁੱਖ ਧਾਰਮਿਕ ਗਿਣ ਲਈਏ ਜੋ ਚਰਚ ਦੇ ਜਾਂਦੇ ਨੇ, ਮਸਜਿਦਾਂ ਜਾਂਦੇ ਨੇ, ਮੰਦਿਰ ਗੁਰਦੁਆਰਿਆਂ ਜਾਂਦੇ ਨੇ। ਨਹੀਂ, ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਹੈ ਅਤੇ ਧਰਮ ਨੂੰ ਸਮਝਣ ਦੀ ਕੋਸ਼ਿਸ਼। ਪਹਿਲੇ ਸਮਝਣਾ ਅਤੇ ਫਿਰ ਪ੍ਰਾਪਤ ਕਰਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇ ਵਾਪਾਰ। ਪਹਿਲੇ ਸਮਝੋ ਫਿਰ ਪ੍ਰਾਪਤ ਕਰੋ। ਕਹਿ ਦਿੰਦੇ ਨੇ ਸਿਮਰਨ ਕਰੋ। ਕਿਹਦਾ ਸਿਮਰਨ ਕਰੋ? ਪਰਮਾਤਮਾ ਦਾ ਕਰੋ। ਪਰਮਾਤਮਾ ਕੀ ਹੈ? ਪਹਿਲੇ ਉਹਦੀ ਜੇ ਸਮਝ ਹੋਵੇ ਨਾ। ਜਿਹਦੀ ਸਮਝ ਨਹੀਂ ਤੇ ਜਿਸ ਨੂੰ ਜਾਣਦੇ ਵੀ ਨਹੀਂ, ਉਹਨੂੰ ਯਾਦ ਕਿਵੇਂ ਕਰਾਂਗੇ, ਕਿਸ ਤਰ੍ਹਾਂ ਕਰਾਂਗੇ? ਇਸ ਵਾਸਤੇ ਸਾਹਿਬ ਫਰਮਾਨ ਕਰਦੇ ਨੇ, ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇ ਵਾਪਾਰ। ਵਸਤੂ ਨੂੰ ਪਹਿਲੇ ਦੇਖ ਲੈ, ਸਮਝ ਲੈ, ਪਹਿਚਾਣ ਲੈ ਕਿ ਕਾਬਲੇ ਇਸਤੇਮਾਲ ਹੈ ਕਿ ਨਹੀਂ, ਕਾਬਲੇ ਖਰੀਦ ਹੈ ਕਿ ਨਹੀਂ, ਫਿਰ ਤੂੰ ਉਸ ਨੂੰ ਖਰੀਦ। ਪਰ ਇਸ ਦੇ ਨਾਲ ਦੂਸਰੀ ਪੰਕਤੀ ਬੜੀ ਗਜ਼ਬ ਦੀ ਹੈ। ਸੁਣ ਮੁੰਦੇ ਹਰਨ ਆਖੀਏ, ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਐ ਹਿਰਨ ਵਰਗੀ ਅੱਖ ਰੱਖਣ ਵਾਲੀਏ, ਕਵੀ ਜਨਾਂ ਨੇ ਅਲੰਕਾਰਿਕ ਭਾਸ਼ਾ ਵਰਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਿਰਦਾ ਕਵੀ ਦਾ, ਸੰਗੀਤਕਾਰ ਦਾ। ਮੇਰੇ ਦੇਖੇ ਪਰਮਾਤਮਾ ਨਾਲ ਜੁੜਿਆ ਹੋਇਆ ਮਨੁੱਖ ਕਲਾਕਾਰ ਹੋ ਹੀ ਜਾਂਦਾ ਹੈ। ਉਹਦੇ ਅੰਦਰੋਂ ਕਲਾ ਫੁੱਟਦੀ ਹੈ। ਜੈਸੇ ਦੇਖਦੇ ਹਾਂ, ਭਾਵੇਂ ਚੌਕ ਦੇ ਵਿੱਚ ਬੈਠ ਕੇ ਸਾਰਾ ਦਿਨ ਰਵਿਦਾਸ ਜੁੱਤੀਆਂ ਗਣਦਾ ਹੈ, ਪਰ ਜਦ ਉਸਦੇ ਅੰਦਰੋਂ ਪਰਮਾਤਮਾ ਪ੍ਰਗਟ ਹੋਇਆ ਗੀਤ ਬਣ ਕੇ, ਸੰਗੀਤ ਬਣ ਕੇ, ਉਹਦੀ ਸਾਰੀ ਬਾਣੀ ਗੀਤ ਦੇ ਚ, ਉਹਦੇ ਸਾਰੇ ਬੋਲ ਸ਼ਾਇਰੀ ਦੇ ਚ। ਉਹਨੇ ਕਵਿਤਾ ਕਿਧਰੋਂ ਸਿੱਖੀ ਨਹੀਂ ਹੈ। ਭਾਵੇਂ ਸਾਰਾ ਦਿਨ ਖੱਡੀ ਤੇ ਬੈਠ ਕੇ ਕਬੀਰ ਕੱਪੜੇ ਬੁਣਦਾ, ਪਰ ਜਦ ਪਰਮਾਤਮਾ ਪ੍ਰਗਟ ਹੋਇਆ ਉਹਦੇ ਚੋਂ, ਸੰਗੀਤ ਬਣ ਕੇ, ਗੀਤ ਬਣ ਕੇ, ਹੈਰਾਨਗੀ ਇਸ ਗੱਲ ਦੀ। ਕੁਰੂਕਸ਼ੇਤਰ ਦੇ ਮੈਦਾਨ ਵਿੱਚ ਸ੍ਰੀ ਕ੍ਰਿਸ਼ਨ ਨੇ ਜਿਹੜਾ ਗਿਆਨ ਅਰਜਨ ਦੀ ਝੋਲੀ ਚ ਪਾਇਆ, ਉਹਨੂੰ ਭਾਗਵਤ ਗੀਤਾ ਕਹਿੰਦੇ ਨੇ। ਗੀਤਾ ਗੀਤ ਪਰਮਾਤਮਾ ਦੇ ਬੋਲ ਆਮ ਬੋਲ ਨਹੀਂ ਨੇ, ਗੀਤਮਈ ਨੇ। ਪਰਮਾਤਮਾ ਦੇ ਬੋਲ ਆਮ ਨਹੀਂ ਨੇ, ਸੰਗੀਤਮਈ ਨੇ। ਸਾਰੀ ਬਾਣੀ ਗੀਤ ਦੇ ਚ ਹੈ, ਸੰਗੀਤ ਦੇ ਚ ਹੈ। ਰੱਬ ਨਾਲ ਜੁੜੀਆਂ ਹੋਈਆਂ ਆਤਮਾਵਾਂ, ਉਹਨਾਂ ਦੇ ਅੰਦਰੋਂ ਇਹ ਕਲਾ ਫੁੱਟਦੀ ਹੈ। ਸਾਹਿਬ ਕਹਿੰਦੇ ਨੇ, ਸੁਣ ਮੁੰਦੇ ਹਰਨ ਆਖੀਏ, ਗੂੜਾ ਵੈਣ ਅਪਾਰ। ਕਹਿੰਦੇ ਨੇ ਆਵਾਜ਼ ਦੇ ਚ ਮਿਠਾਸ ਕੋਇਲ ਦੇ ਅੰਦਰ ਹੈ। ਸਰੀਰਕ ਤੌਰ ਤੇ ਸੌਪਣ ਪ੍ਰਭੂ ਨੇ ਮੋਰ ਨੂੰ ਦੇ ਦਿੱਤਾ ਹੈ। ਚਾਲ ਦੇ ਚ ਮਧੁਰਤਾ ਹੰਸ ਦੇ ਕੋਲ ਹੈ।
ਜੀਵਨ ਦੇ ਪ੍ਰਬਲ ਸਾਹਸ ਸ਼ੇਰ ਦੇ ਕੋਲ ਹੈ। ਇਸੇ ਤਰੀਕੇ ਦੇ ਨਾਲ ਇਹ ਧਾਰਮਿਕ ਵਿਦਵਾਨ ਤੇ ਕਵੀ ਜਨ ਕਹਿੰਦੇ ਨੇ, ਨੇਤਰ ਖੂਬਸੂਰਤ ਹਿਰਨ ਦੇ ਨੇ, ਮ੍ਰਿਗ ਕਹਿੰਦੇ ਨੇ ਹਿਰਨ ਨੂੰ ਸੰਸਕ੍ਰਿਤ ਵਿੱਚ, ਮ੍ਰਿਗ ਨੈਣ, ਹਿਰਨ ਵਰਗੇ ਨੇਤਰ। ਅੱਖਾਂ ਦੀ ਖੂਬਸੂਰਤੀ ਪਰਮਾਤਮਾ ਨੇ ਹਿਰਨ ਨੂੰ ਦਿੱਤੀ ਹੈ। ਸਰੀਰ ਦਾ ਸੁਹੱਪਣ ਪ੍ਰਭੂ ਨੇ ਮੋਰ ਨੂੰ ਦਿੱਤਾ ਹੈ। ਆਵਾਜ਼ ਵਿੱਚ ਮਧੁਰਤਾ ਪਰਮਾਤਮਾ ਨੇ ਕੋਇਲ ਨੂੰ ਦਿੱਤੀ ਹੈ। ਔਰ ਇਸੇ ਤਰੀਕੇ ਨਾਲ ਤੁਸੀਂ ਨਿਗਾਹ ਮਾਰੋਗੇ, ਕੁਛ ਨਾ ਕੁਛ ਖੂਬੀ ਪ੍ਰਭੂ ਨੇ ਸਾਰਿਆਂ ਦੀ ਜੋੜੀ ਚ ਪਾਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਅਲੰਕਾਰਕ ਭਾਸ਼ਾ ਵਰਤਦੇ ਨੇ, ਸੁਣ ਮੁੰਦੇ ਹਰਨ ਆਖੀਏ, ਐ ਹਿਰਨ ਵਰਗੀ ਅੱਖ ਰੱਖਣ ਵਾਲੀਏ, ਕੂੜਾ ਵਹਿਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਇਹ ਤਸ਼ਬੀਹ ਕਿਉਂ ਦਿੱਤੀ ਏ ਹਿਰਨ ਵਰਗੀ ਅੱਖ? ਹਿਰਨ ਦੇ ਨੇਤਰ ਬੜੇ ਖੂਬਸੂਰਤ, ਲੇਕਿਨ ਹਿਰਨ ਆਪਣੀ ਅੱਖਾਂ ਤੋਂ ਹੀ ਧੋਖਾ ਖਾ ਜਾਂਦਾ ਹੈ। ਮਰੂਥਲ ਵਿੱਚ, ਰੇਗਿਸਤਾਨ ਵਿੱਚ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ। ਇਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ, ਦੌੜਦਾ ਹੈ। ਉਸ ਚਮਕਦੀ ਹੋਈ ਰੇਤ ਦੇ ਕੋਲ ਜਦ ਪਹੁੰਚਦਾ ਹੈ ਤਾਂ ਰੇਤ, ਪਰ ਹੁਣ ਹੋਰ ਦੂਰ ਰੇਤ ਚਮਕਣ ਲੱਗ ਪਈ, ਉਹਨੂੰ ਪਾਣੀ ਸਮਝ ਲੈਂਦਾ ਹੈ। ਜਿਸ ਤਰ੍ਹਾਂ ਅਰਬ ਦੇਸ਼ਾਂ ਵਿੱਚ ਮਰੂਥਲ ਹੈ, ਰਾਜਸਥਾਨ ਸਾਰਾ ਮਰੂਥਲ ਹੈ, ਭਾਰਤ ਦਾ ਇੱਕ ਸੂਬਾ ਰਾਜਸਥਾਨ ਬੜੇ ਪਹਾੜੀ ਸੈਂਕੜੇ ਮੀਲ ਤੱਕ ਮਰੂਥਲ ਨਾਲ ਭਰਿਆ ਹੋਇਆ। ਦੂਰ ਚਮਕਦੀ ਹੋਈ ਰੇਤ ਨੂੰ ਹਿਰਨ ਪਾਣੀ ਸਮਝ ਲੈਂਦਾ, ਦੌੜਦਾ। ਜਦ ਕੋਲ ਪਹੁੰਚਦਾ ਤੋ ਕੀ ਦੇਖਦਾ ਹੈ? ਕਿਤੇ ਰੇਤ ਹੈ। ਸਾਰਾ ਦਿਨ ਦੌੜ ਦੌੜ ਕੇ ਪਿਆਸ ਨਾਲ ਆਪਣੇ ਪ੍ਰਾਣ ਦੇ ਦਿੰਦਾ ਹੈ ਮਰੂਥਲ ਵਿੱਚ, ਤੜਪ ਤੜਪ ਕੇ। ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ। ਮਨੁੱਖ ਵੀ ਐਸਾ ਸਮਝਦਾ ਹੈ, ਇਹਦੇ ਚੋਂ ਮੈਨੂੰ ਸੁੱਖ ਮਿਲੇਗਾ, ਉਹਦੇ ਚੋਂ ਮੈਨੂੰ ਸੁੱਖ ਮਿਲੇਗਾ, ਉਹਨੂੰ ਸੁੱਖ ਦਿਖਾਈ ਦਿੰਦਾ ਹੈ। ਗੁਰਬਾਣੀ ਕਹਿੰਦੀ ਹੈ, ਹਿਰਨ ਦੀ ਤਰ੍ਹਾਂ ਇਸ ਨੂੰ ਦਿਖਾਈ ਦਿੰਦਾ ਸੁੱਖ ਹੈ ਨਹੀਂ, ਸਿਰਫ ਲੋੜਾਂ ਦੀ ਪੂਰਤੀ ਹੁੰਦੀ ਹੈ। ਅਗਰ ਪਰਿਵਾਰ ਦੇ ਚੋਂ ਸੁੱਖ ਮਿਲਦਾ ਹੈ ਤਾਂ ਸਾਰੇ ਪਰਿਵਾਰ ਵਾਲੇ ਸੁਖੀ ਹੋਣੇ ਚਾਹੀਦੇ ਨੇ। ਪੁੱਤਰਾਂ ਨਾਲ ਸੁੱਖ ਮਿਲਦਾ ਹੈ ਤਾਂ ਫਿਰ ਪੁੱਤਰਾਂ ਵਾਲੇ ਰੋਂਦੇ ਪਿੱਟਦੇ ਨਹੀਂ ਚਾਹੀਦੇ। ਧਨ ਨਾਲ ਸੁੱਖ ਮਿਲਦਾ ਹੈ ਤਾਂ ਫਿਰ ਧਨਵਾਨ ਰੋਂਦੇ ਹੋਏ ਨਹੀਂ ਚਾਹੀਦੇ। ਲੋੜਾਂ ਦੀ ਪੂਰਤੀ ਆਉਂਦੀ ਹੈ, ਸੁੱਖ ਨਹੀਂ ਮਿਲਦਾ। ਲੇਕਿਨ ਮਨੁੱਖ ਮੰਨਦਾ ਸੁੱਖ ਮਿਲੇਗਾ, ਇਹਦੇ ਚ ਸੁੱਖ ਹੈ। ਇਸ ਤਰ੍ਹਾਂ ਜਿਵੇਂ ਚਮਕਦੀ ਹੋਈ ਰੇਤ ਨੂੰ ਹਿਰਨ ਪਾਣੀ ਸਮਝ ਬੈਠਦਾ, ਔਰ ਭਟਕ ਭਟਕ ਕੇ ਆਪਣੇ ਪ੍ਰਾਣ ਗਵਾ ਬੈਠਦਾ, ਪਿਆਸਾ ਮਰ ਜਾਂਦਾ ਹੈ। ਤਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੇ।
ਕਲਪਨਾ ਕੀਤੀ ਸੁੱਖ ਮਿਲੇਗਾ, ਪੁੱਤਰ ਮਿਲ ਗਿਆ ਸੁੱਖ ਨਹੀਂ ਮਿਲਿਆ, ਭਰਾ ਮਿਲ ਗਿਆ ਸੁੱਖ ਨਹੀਂ ਮਿਲਿਆ, ਧਨ ਤੇ ਮਿਲ ਗਿਆ ਸੁੱਖ ਨਹੀਂ ਮਿਲਿਆ, ਖੁਸ਼ੀ ਨਹੀਂ ਮਿਲੀ, ਪਦਾਰਥ ਤੇ ਮਿਲ ਗਏ ਸੁੱਖ ਨਹੀਂ ਮਿਲਿਆ। ਗੁਰਬਾਣੀ ਕਹਿੰਦੀ ਹੈ ਸੁੱਖ ਨਾ ਆਈ ਹਰ ਭਗਤ ਬਿਨਾ, ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲੇਗਾ। ਜਿੱਥੇ ਸੁੱਖ ਹੈ ਮਨੁੱਖ ਨੂੰ ਉਸਦੀ ਸਮਝ ਕੋਈ ਨਹੀਂ, ਤੇ ਜਿੱਥੇ ਸੁੱਖ ਨਹੀਂ ਹੈ ਮਨੁੱਖ ਉਹਦੇ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਇਹਨੂੰ ਕਹਿੰਦੇ ਨੇ ਮਿਰਗ ਤ੍ਰਿਸ਼ਨਾ, ਮਿਰਗ ਤ੍ਰਿਸ਼ਨਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਅਲੰਕਾਰਕ ਭਾਸ਼ਾ ਵਰਤੀ ਹੈ, ਸੁਣ ਮੁੰਦੇ ਹਰਣਾਖੀਏ ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਇਹ ਹਿਰਨ ਵਰਗੀ ਅੱਖ ਰੱਖਣ ਵਾਲੀ ਹੈ, ਪਹਿਲੇ ਵਸਤੂ ਨੂੰ ਦੇਖ ਲੈ, ਕਿਉਂ ਹਿਰਨ ਅੱਖਾਂ ਤੋਂ ਹੀ ਧੋਖਾ ਖਾ ਜਾਂਦੇ। ਇੰਨੇ ਖੂਬਸੂਰਤ ਨੇਤਰ ਪਰ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ, ਔਰ ਭਟਕ ਭਟਕ ਕੇ ਸਹਿਰਾ ਵਿੱਚ ਆਪਣੇ ਪ੍ਰਾਣ ਦਿੰਦੇ। ਜੀਵਨ ਮਨੁੱਖ, ਜੀਵਨ ਭਰ ਮਨੁੱਖ ਭਟਕਦਾ ਹੀ ਹੈ, ਪਰਿਵਾਰ ਦੇ ਚ ਭਟਕਦਾ, ਕਾਰੋਬਾਰ ਦੇ ਚ ਭਟਕਦਾ, ਦੋ ਸ਼ਬਦ ਬਰਦਾਸ਼ਤ ਕਰਨਾ ਮੰਦਿਰ ਮਸਜਿਦ ਗੁਰਦੁਆਰਿਆਂ ਚ ਭਟਕਦਾ ਭਟਕਦਾ। ਗੁਰਦੁਆਰੇ ਜਾਂਦਾ ਕੋਈ ਕੋਈ ਹੈ, ਭਟਕਦੇ ਬਥੇਰੇ ਨੇ। ਮੰਦਿਰ ਦੇ ਤੀਰਥ ਦੇ ਤੇ ਕੋਈ ਕੋਈ ਜਾਂਦਾ ਹੈ, ਬਾਕੀ ਭਟਕਦੇ ਨੇ। ਚਲੋ ਇਹਦੇ ਉੱਤੇ ਇੱਕ ਮੈਂ ਜਨਮ ਸਾਖੀ ਦੀ ਛੋਟੀ ਜਿਹੀ ਗਾਥਾ ਤੁਹਾਡੇ ਸਾਹਮਣੇ ਰੱਖਾਂ। ਸੁਲਤਾਨਪੁਰ ਦੇ ਨਵਾਬ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਖਿਆ, ਆਪ ਕਹਿੰਦੇ ਹੋ ਅੱਲਾ ਤੇ ਰਾਮ ਇੱਕੋ ਹੀ ਨੇ, ਅੱਲਾ ਤੇ ਰਾਮ ਇੱਕੋ ਹੀ ਨੇ, ਚਲੋ ਸਾਡੇ ਨਾਲ ਨਮਾਜ਼ ਪੜ੍ਹੋ, ਈਸ਼ਾ ਦੀ ਨਮਾਜ਼ ਪੜ੍ਹੋ, ਸ਼ਾਮ ਦਾ ਵਕਤ ਹੋ ਗਿਆ, ਚਲੋ। ਨਵਾਬ ਨੂੰ ਇਤਨੀ ਉਮੀਦ ਨਹੀਂ ਸੀ, ਗੁਰੂ ਨਾਨਕ ਖੜੇ ਹੋ ਗਏ, ਚਲੋ ਚਲੋ। ਸੁਲਤਾਨਪੁਰ ਘਰ ਘਰ ਵਿੱਚ ਖਬਰ ਪਹੁੰਚ ਗਈ, ਗੁਰੂ ਨਾਨਕ ਨਵਾਬ ਸਾਹਿਬ ਦੇ ਨਾਲ ਨਵਾਬ ਦੀ ਮਸਜਿਦ ਵਿੱਚ ਨਮਾਜ਼ ਪੜ੍ਹਨ ਲਈ ਚਲੇ ਨੇ। ਬੇਬੇ ਨਾਨਕੀ ਤੱਕ ਖਬਰਾਂ ਪਹੁੰਚੀਆਂ, ਉਹ ਮੁਸਕਰਾ ਪਏ, ਉਹਨਾਂ ਨੂੰ ਰਮਜ਼ ਦਾ ਪਤਾ ਸੀ। ਵਿਦਵਾਨ ਐਸਾ ਕਹਿੰਦੇ ਨੇ ਸ੍ਰੀ ਕ੍ਰਿਸ਼ਨ ਦੀ ਪਹਿਲੀ ਸ਼ਰਧਾਲੂ ਜਿਸ ਤੋਂ ਕ੍ਰਿਸ਼ਨ ਦੇ ਅਨੁਯਾਈਆਂ ਦਾ ਜਨਮ ਹੋਇਆ ਉਹ ਦ੍ਰੋਪਦੀ ਹੈ। ਇਸਲਾਮ ਪਹਿਲੇ ਹਜ਼ਰਤ ਖਦੀਜਾ ਨੇ ਕਬੂਲ ਕੀਤਾ, ਮੁਹੰਮਦ ਸਾਹਿਬ ਦੀ ਪਤਨੀ, ਉਸ ਤੋਂ ਇਸਲਾਮ ਚੱਲਿਆ, ਔਰ ਇਸੇ ਤਰੀਕੇ ਦੇ ਨਾਲ ਵਿਦਵਾਨਾਂ ਦਾ ਐਸਾ ਕਹਿਣਾ ਹੈ ਭੈਣ ਨਾਨਕੀ ਤੋਂ ਸਿੱਖੀ ਆਰੰਭ ਹੋਈ। ਪਿਤਾ ਤੇ ਇਨਕਾਰੀ ਸੀ, ਪਿਤਾ ਤੇ 20 ਰੁਪਇਆ ਬਦਲੇ ਗੁਰੂ ਨਾਨਕ ਨੂੰ ਥੱਪੜ ਮਾਰਦਾ। ਮਾਤਾ ਤ੍ਰਿਪਤਾ ਕਹਿੰਦੀ ਹੈ ਇੱਕੋ ਹੀ ਮੇਰਾ ਇਹ ਲੜਕਾ ਹੈ, ਸੁਦਾਈ ਹੈ ਤੇ ਪਾਗਲ ਹੈ। ਸਾਰੇ ਬੇਦੀ ਵੀ ਕਹਿੰਦੇ ਨੇ ਇਹ ਪਾਗਲ ਹੈ, ਭੂਤਨਾ ਹੈ, ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ, ਲੇਕਿਨ ਸ਼ਰਧਾ ਪੱਕੀ ਰਹੀ ਭੈਣ ਨਾਨਕੀ ਦੀ।
ਭਾਵੁਕਤਾ ਇਸਤਰੀ ਵਿੱਚ ਜ਼ਿਆਦਾ ਹੁੰਦੀ ਹੈ, ਵਿਸ਼ਵਾਸ ਕਰਨ ਦਾ ਜਜ਼ਬਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਨੇ ਸਿੱਖੀ ਇਸ ਤਰ੍ਹਾਂ ਫੈਲੀ, ਕਿਧਰੇ ਡੋਲ ਜਾਂਦੀ ਨਾਨਕੀ ਵੀ ਤੇ ਖੇਡ ਬਣਨੀ ਨਹੀਂ ਸੀ। ਵੈਸੇ ਨਾਮਾਂ ਦੀ ਬੜੀ ਸਾਂਝ ਹੈ, ਨਾਨਕ ਨਾਨਕੇ। ਪਹਿਲੀ ਔਲਾਦ ਪਿਤਾ ਕਲਿਆਣ ਦਾਸ ਦੀ ਨਾਨਕਿਆਂ ਘਰ ਦੇ ਚ ਨਾਨੀ ਨੇ ਬੱਚੀ ਨੂੰ ਚੁੱਕਿਆ। ਸਹਿਜੇ ਸਹਿਜੇ ਇਸ ਬੱਚੀ ਨਾਲ ਨਾਨੀ ਦਾ ਮੋਹ ਹੋ ਗਿਆ ਔਰ ਨਾਨੀ ਕਹਿਣ ਲੱਗੀ ਇਹ ਤੇ ਨਾਨਕਿਆਂ ਦੀ ਹੈ। ਇੱਥੋਂ ਸ਼ਬਦ ਚੱਲਿਆ, ਨਾਮ ਚੱਲਿਆ ਨਾਨਕੀ, ਕਿਸੇ ਪੰਡਿਤ ਪੁਰੋਹਿਤ ਨੇ ਨਹੀਂ ਰੱਖਿਆ, ਨਾਨੀ ਦੇ ਮੂੰਹੋਂ ਨਿਕਲਿਆ ਨਾਨਕੀ। ਇਹ ਤੇ ਨਾਨਕਿਆਂ ਦੀ ਹੈ, ਅਸੀਂ ਪਾਲਾਂਗੇ, ਅਸੀਂ ਰੱਖਾਂਗੇ, ਅਸੀਂ ਨਹੀਂ ਦੇਣੀ। ਨਾਨੀ ਦਾ ਮੋਹ ਬੜਾ ਹੋ ਗਿਆ, ਨਾਨਕਿਆਂ ਦੀ ਨਾਨਕੀ। ਅੰਦਾਜ਼ਨ 7 ਸਾਲ ਬਾਅਦ ਪਿਤਾ ਕਲਿਆਣ ਦਾਸ ਦੇ ਘਰ ਰਾਏ ਭੌਏ ਦੀ ਤਲਵੰਡੀ ਦੇ ਦੂਸਰੀ ਸੰਤਾਨ ਦਾ ਜਨਮ ਹੋਇਆ। ਹੁਣ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਨਾਨਕੀ ਦੀ ਗੋਦ ਵਿੱਚ ਪਾ ਕੇ ਆਖਿਆ, ਇਹ ਨਾਨਕੀ ਦਾ ਵੀਰ ਨਾਨਕ। ਇੱਕ ਨਾਮ ਨਾਨੀ ਨੇ ਰੱਖਿਆ, ਇੱਕ ਨਾਮ ਮਾਂ ਨੇ ਰੱਖਿਆ, ਕਿਸੇ ਪੰਡਿਤ ਪੁਰੋਹਿਤ ਨੇ ਨਹੀਂ ਰੱਖਿਆ। ਕਿਸੇ ਧਾਰਮਿਕ ਰਸਮੋ ਰਿਵਾਜ ਦੇ ਮੁਤਾਬਕ ਇਹ ਨਾਮ ਨਹੀਂ ਰੱਖਿਆ ਗਿਆ। ਇਸ ਨਾਮਕਰਨ ਦੇ ਚ ਕੋਈ ਬਹੁਤ ਵੱਡੇ ਲੋਕ ਨਹੀਂ ਇਕੱਠੇ ਕੀਤੇ ਗਏ, ਸੁਥੇ ਸਿੱਧ ਨਾਨੀ ਦੇ ਮੂੰਹੋਂ ਨਿਕਲਿਆ ਨਾਨਕੀ, ਸੁਥੇ ਸਿੱਧ ਮਾਂ ਦੇ ਮੂੰਹੋਂ ਨਿਕਲਿਆ ਨਾਨਕੀ ਦਾ ਵੀਰ ਨਾਨਕ। ਅੱਜ ਕੱਲ ਸੰਸਕ੍ਰਿਤ ਗ੍ਰਾਮਰ ਦੇ ਕਰਤਾ ਨਾਨਕ ਦੇ ਅਰਥ ਕਰਦੇ ਨੇ, ਨਾ ਅਨਕ, ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨੂੰ ਵੇਖਦਾ ਹੈ, ਇੱਕ ਨੂੰ ਬੋਲਦਾ ਹੈ, ਇੱਕ ਨੂੰ ਸੋਚਦਾ ਹੈ, ਇੱਕ ਨਾਲ ਜੁੜਿਆ ਹੈ, ਇੱਕ ਨਾਲ ਜੋੜਦਾ ਹੈ, ਉਹਨੂੰ ਕਹਿੰਦੇ ਨੇ ਨਾਨਕ। ਨਾ ਅਨਕ, ਅਨੇਕਤਾ ਨਹੀਂ, ਇੱਕ, ਬਸ ਇੱਕ ਨੂੰ ਹੀ ਸੋਚਦਾ, ਇੱਕ ਨੂੰ ਯਾਦ ਕਰਦਾ, ਇੱਕ ਨੂੰ ਵੇਖਦਾ, ਇੱਕ ਨਾਲ ਜੁੜਿਆ ਹੋਇਆ ਔਰ ਪੂਰੀ ਕੋਸ਼ਿਸ਼ ਇੱਕ ਨਾਲ ਜਗਤ ਨੂੰ ਜੋੜਨਾ ਹੈ। ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਗਿਆਨ ਨਿਕਲਿਆ ਹੈ ਇੱਕ, ਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਪਹਿਲਾ ਅੱਖਰ ਹੈ ਉਹ ਇੱਕ। ਦੁਨੀਆਂ ਦੇ ਵਾਹਿਦ ਗ੍ਰੰਥ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਹਿਲਾ ਅੱਖਰ ਇੱਕ, ਇੱਕ ਉਹ ਅੰਕਾਰ। ਨਵਾਬ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਰਹੇ ਨੇ ਮਸਜਿਦ ਦੇ ਚ, 5-10 ਅਹਿਲਕਾਰ, ਇਮਾਮ, ਨਵਾਬ, ਇਹ ਸਾਰੇ ਨਿਮਾਜ਼ੀ ਇੱਕ ਲਾਈਨ ਦੇ ਚ ਖੜੇ ਹੋ ਗਏ ਨੇ। ਗੁਰੂ ਨਾਨਕ ਵੀ ਖੜੇ ਹੋ ਗਏ, ਅੱਗੋਂ ਇਮਾਮ। ਨਮਾਜ਼ ਆਰੰਭ ਹੋ ਗਈ, ਸਾਰਿਆਂ ਨੇ ਸਜਦਾ ਕੀਤਾ ਪਰ ਗੁਰੂ ਨਾਨਕ ਖੜੇ ਰਹੇ। ਜਨਮ ਸਾਖੀ ਇੰਜ ਕਹਿੰਦੇ, ਅੱਖਾਂ ਖੋਲ ਕੇ ਨਵਾਬ ਨੇ ਵੇਖ ਲਿਆ ਕਿ ਗੁਰੂ ਨਾਨਕ ਸਜਦੇ ਦੇ ਚ ਨਹੀਂ ਹੈ, ਧਿਆਨ ਸਾਧਨਾ ਦੇ ਚ, ਨਮਾਜ਼ ਦੇ ਚ, ਨਾਮ ਜਪਣ ਦੇ ਚ ਅੱਖਾਂ ਨੂੰ ਬੰਦ ਕਰਨਾ ਪੈਂਦਾ, ਕਾਰਨ ਧਿਆਨ ਨੂੰ ਅੰਦਰ ਲੈ ਜਾਣਾ। ਨਵਨਿਤ ਅੰਮ੍ਰਿਤ ਪ੍ਰਭ ਕਾ ਨਾਮ
ਦੇਹੀ ਮੈਂ ਇਸ ਕਾ ਬਿਸਰਾਮ। ਅੱਖਾਂ ਬਾਧਾ ਬਣ ਜਾਂਦੀਆਂ, ਧਿਆਨ ਨੂੰ ਬਾਹਰ ਲੈ ਜਾਂਦੀਆਂ। ਇਸ ਵਾਸਤੇ ਬੇਸ਼ਤਰ ਅਭਿਆਸੀ ਮਨੁੱਖ ਸ਼ੁਰੂ ਦੇ ਨੇਤਰ ਬੰਦ ਕਰਦਾ ਤਾਂ ਕਿ ਧਿਆਨ ਨੂੰ ਅੰਦਰ ਲੈ ਜਾਏ, ਧਿਆਨ ਬਾਹਰ ਜਾਂਦਾ। ਨਵਾਬ ਨੇ ਦੇਖ ਲਿਆ ਗੁਰੂ ਨਾਨਕ ਸਜਦੇ ਦੇ ਚ ਨਹੀਂ, ਨਮਾਜ਼ ਨਹੀਂ ਪੜ੍ਹ ਰਿਹਾ। ਨਮਾਜ਼ ਦੀ ਸਮਾਪਤੀ ਤੋਂ ਬਾਅਦ ਸੁਲਤਾਨਪੁਰ ਦਾ ਨਵਾਬ ਕਹਿੰਦਾ, ਗੱਲਾਂ ਹੀ ਨੇ, ਰਾਮ ਤੇ ਅੱਲਾ ਇੱਕੋ ਹੀ ਹੈ, ਇੱਕੋ ਹੀ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਨਹੀਂ ਪੜ੍ਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੈਂ ਆਪਣੇ ਵਾਅਦੇ ਤੇ ਕਾਇਮ ਹਾਂ, ਤੇਰੇ ਨਾਲ ਨਮਾਜ਼ ਪੜ੍ਹਨੀ ਸੀ। ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਸਨ, ਤੂੰ ਤੇ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀ। ਤੂੰ ਦੱਸ, ਕਾਬਲ ਵਿੱਚ ਤੂੰ ਘੋੜੇ ਖਰੀਦ ਰਿਹਾ ਸੀ ਕਿ ਨਹੀਂ? ਸਾਲ ਦੇ ਸਾਲ ਕਾਬਲ ਵਿੱਚ ਘੋੜਿਆਂ ਦੀ ਮੰਡੀ ਲੱਗਦੀ ਸੀ। ਉਜ਼ਬੇਕਿਸਤਾਨ ਤੋਂ, ਤੁਰਕਮਨਿਸਤਾਨ ਤੋਂ, ਇਰਾਕ ਤੋਂ ਘੋੜੇ ਉੱਥੇ ਜਾਂਦੇ ਸਨ। ਦੁਨੀਆਂ ਭਰ ਦੇ ਖਰੀਦਦਾਰ ਪਹੁੰਚਦੇ ਸਨ। ਨਵਾਬ ਨੇ ਵੀ ਦੋ ਬੰਦੇ ਭੇਜੇ ਹੋਏ ਸਨ ਚਾਰ ਘੋੜੇ ਖਰੀਦਣ ਲਈ। ਸਾਹਿਬ ਕਹਿਣ ਲੱਗੇ, ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ, ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਤੂੰ ਤੇ ਘੋੜੇ ਖਰੀਦ ਰਿਹਾ ਸੀ। ਬੜਾ ਸ਼ਰਮਸਾਰ ਹੋਇਆ, ਨਮਾਜ਼ ਦੇ ਦੌਰਾਨ ਨਵਾਬ ਦਾ ਮਨ ਕਾਬਲ ਵਿੱਚ ਸੀ, ਘੋੜੇ ਖਰੀਦ ਰਿਹਾ ਸੀ। ਕੌਣ ਨਮਾਜ਼ ਪੜ੍ਹਦਾ, ਕੌਣ ਚਰਚ ਵਿੱਚ ਜਾਂਦਾ, ਕੌਣ ਮੰਦਰ ਗੁਰਦੁਆਰੇ ਜਾਂਦਾ, ਸਭ ਆਪਣੇ ਆਪਣੇ ਘੋੜੇ ਖਰੀਦਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਕੋਈ ਕਥਾ ਕੀਰਤਨ ਸੁਣਦੇ ਹਾਂ, ਪਾਠ ਕਰਦੇ ਹਾਂ, ਆਪਣੇ ਘੋੜੇ ਖਰੀਦ ਰਿਹਾ ਹੁੰਦਾ। ਕੋਈ ਪੂਜਾ ਪਾਠ ਕਰਦੇ ਹਾਂ, ਕੋਈ ਚਰਚ ਦੇ ਵਿੱਚ ਪ੍ਰੇਅਰ ਕਰਦੇ ਹਾਂ, ਆਪਣੇ ਘੋੜੇ ਖਰੀਦ ਰਿਹਾ ਹੁੰਦਾ, ਸਭ ਇਸੇ ਹੀ ਝਮੇਲੇ 'ਚ ਪੈ ਰਹਿੰਦੇ। ਦਰਅਸਲ ਜਿਤਨੇ ਚਿਰ ਤੱਕ ਜਿਸ ਦੀ ਸਮਝ ਨੇ, ਉਹਨੂੰ ਚੇਤੇ ਕਰਨਾ ਅਤੇ ਉਹਦੀ ਮੰਗ ਕਰਨਾ ਬੜਾ ਔਖਾ ਹੈ, ਬੜਾ ਔਖਾ ਹੈ। ਉਹਨੂੰ ਯਾਦ ਕਰਨਾ ਬੜਾ ਔਖਾ ਹੈ, ਕਾਰਨ ਜਿਹਦੀ ਸਮਝ ਨਹੀਂ, ਜਿਹਨੂੰ ਜਾਣਦੇ ਨਹੀਂ, ਉਹਨੂੰ ਯਾਦ ਕਿਸ ਤਰ੍ਹਾਂ ਕਰਾਂਗੇ? ਇਸ ਵਾਸਤੇ ਸਾਹਿਬ ਕਹਿੰਦੇ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਸ। ਸਤਸੰਗ ਦਾ ਇਹ ਲਾਭ ਹੈ ਕਿ ਇਹਦੀ ਸਮਝ ਆ ਜਾਏ, ਸਮਝ ਪਹਿਲੇ ਪ੍ਰਾਪਤੀ ਬਾਅਦ ਵਿੱਚ। ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਸ। ਤੋ ਮੈਂ ਅਰਜ਼ ਕਰਾਂ, ਪਰਿਪੂਰਨ ਪਰਮਾਤਮਾ ਨੇ ਸਾਡੀ ਬਨਾਵਟ ਤਿੰਨਾਂ ਦਾ ਮਜਮੂਆ ਬਣਾਈਏ, ਤਨ ਮਨ ਆਤਮਾ। ਤਨ ਦਿਖਾਈ ਦੇ ਰਿਹਾ, ਮਨ ਮਹਿਸੂਸ ਹੁੰਦਾ, ਆਤਮਾ ਨਾ ਦਿਖਾਈ ਦਿੰਦੀ ਹੈ ਨਾ ਹੀ ਮਹਿਸੂਸ ਹੁੰਦੀ ਹੈ, ਨਹੀਂ ਹੁੰਦੀ। ਲੇਕਿਨ ਅਸੀਂ ਤਿੰਨਾਂ ਦੇ ਜੋੜ ਹਾਂ, ਅਸੀਂ ਤ੍ਰਿਵੈਣੀ ਦੇ ਸੰਗਮ ਹਾਂ। ਹਿੰਦੂ ਵੀਰਾਂ ਨੇ ਪ੍ਰਤੀਕ ਬੜਾ ਸੋਹਣਾ ਚੁਣਿਆ, ਪ੍ਰਯਾਗ ਰਾਜ ਦਾ ਜਿਹੜਾ ਸੰਗਮ ਹੈ, ਜਿਹਨੂੰ ਤੀਰਥਾਂ ਦਾ ਰਾਜਾ ਕਹਿੰਦੇ ਨੇ। ਹਿੰਦੂ ਧਰਮ ਵਿੱਚ 68 ਤੀਰਥਾਂ ਵਿੱਚੋਂ ਸਿਰਮੌਰ ਤੀਰਥ ਮੰਨਦੇ ਨੇ ਪ੍ਰਯਾਗ ਰਾਜ, ਇਹਨੂੰ ਤੀਰਥਾਂ ਦਾ ਰਾਜਾ ਕਹਿੰਦੇ ਨੇ। ਇੱਥੇ ਗੰਗਾ ਜਮਨਾ ਦਾ ਸੰਗਮ ਹੈ, ਪਰ ਕਹਿੰਦੇ ਨੇ ਸੁਰਸਤੀ ਵੀ ਮਿਲਦੀ ਹੈ ਗੁਪਤ ਰੂਪ ਦੇ ਵਿੱਚ, ਕਹਿੰਦੇ ਨੇ। ਪਰ ਉੱਥੇ ਜਾ ਕੇ ਤੇ ਇਹਨਾਂ ਦੋ ਨਦੀਆਂ ਦਾ ਸੰਗਮ ਹੀ ਦਿਖਾਈ ਦਿੰਦਾ, ਕਿਉਂਕਿ ਦਾਸ ਨੂੰ
ਹਰ ਸਾਲ ਅਲਾਹਾਬਾਦ ਜਾਣ ਦਾ ਮੌਕਾ ਮਿਲਦਾ ਹੈ। ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ ਮਨਾਉਂਦੇ ਨੇ ਉੱਥੇ, ਦਾਸ ਪਹੁੰਚਦਾ ਹੁੰਦਾ। ਗੰਗਾ ਜਮਨਾ ਦਾ ਸੰਗਮ ਹੈ। ਕਹਿੰਦੇ ਨੇ ਬ੍ਰਾਹਮਣ ਸੁਰਸਤੀ ਗੁਪਤ ਰੂਪ ਵਿੱਚ ਮਿਲਦੀ ਹੈ, ਤਨ ਦਿਖਾਈ ਦੇ ਰਿਹਾ, ਮਨ ਮਹਿਸੂਸ ਹੋ ਰਿਹਾ, ਸੰਗਮ ਦਿਖਾਈ ਦੇ ਰਿਹਾ, ਆਤਮਾ ਗੁਪਤ ਰੂਪ ਦੇ ਤਨ ਤੇ ਮਨ ਨਾਲ ਸਮਿਲਿਤ ਹੈ। ਤਨ ਇੱਕ ਦੂਸਰੇ ਦਾ ਦੇਖ ਸਕਦੇ ਹਾਂ, ਮਨ ਮੈਂ ਆਪਣਾ ਵੇਖ ਸਕਦਾ, ਤੁਸੀਂ ਮੇਰਾ ਮਨ ਨਹੀਂ ਵੇਖ ਸਕਦੇ, ਮੈਂ ਤੁਹਾਡਾ ਨਹੀਂ ਵੇਖ ਸਕਦਾ। ਸਰੀਰ ਜਿੱਥੇ ਚਾਰ ਠੋਸ ਚੀਜ਼ਾਂ ਦਾ ਮਜਮੂਆ ਹੈ, ਮਨ ਵੀ ਚਾਰਾਂ ਦਾ ਮਜਮੂਆ ਹੈ। ਸਰੀਰ ਕੀ ਹੈ? ਹੱਡੀਆਂ, ਤੇ ਹੱਡੀਆਂ ਦੇ ਉੱਪਰ ਚੜਿਆ ਹੋਇਆ ਮਾਸ, ਮਾਸ ਦੇ ਉੱਤੇ ਚੜੀ ਹੋਈ ਚਰਬੀ, ਔਰ ਚਰਬੀ ਦੇ ਉੱਤੇ ਲਿਪਟੀ ਹੋਈ ਹੈ ਖਲੜੀ। ਇਸ ਤੋਂ ਇਲਾਵਾ ਹੋਰ ਕੀ ਹੈ? ਤਾਂ ਖਲੜੀ ਨੂੰ ਇੱਕ ਪਾਸੇ ਕਰੋਗੇ ਚਰਬੀ ਹੈ, ਚਰਬੀ ਨੂੰ ਇੱਕ ਪਾਸੇ ਕਰੋਗੇ ਮਾਸ ਹੈ, ਮਾਸ ਨੂੰ ਇੱਕ ਪਾਸੇ ਕਰੋਗੇ ਹੱਡੀਆਂ। ਇਹ ਚਾਰਾਂ ਦਾ ਮਜਮੂ ਹੈ। ਮਨ ਵੀ ਚਾਰਾਂ ਦਾ ਮਜਮੂ ਹੈ। ਇਹਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਗ। ਜੋ ਵਿਚਾਰਾਂ ਦਾ ਪ੍ਰਵਾਹ ਹੈ ਇਹਨੂੰ ਮਨ ਕਹਿੰਦੇ ਨੇ, ਜੋ ਸੋਚਣੀ ਦਾ ਪ੍ਰਵਾਹ ਹੈ ਇਹਨੂੰ ਬੁੱਧ ਕਹਿੰਦੇ ਨੇ, ਜੋ ਯਾਦਾਂ ਦਾ ਪ੍ਰਵਾਹ ਹੈ ਇਹਨੂੰ ਚਿੱਤ ਕਹਿੰਦੇ ਨੇ, ਤੇ ਤਿੰਨਾਂ ਦੇ ਨਾਲ ਜਿਹੜਾ ਇਹ ਭਾਵ ਬਣਿਆ ਰਹਿੰਦਾ, ਇਹ ਵਿਚਾਰ ਮੇਰੇ ਨੇ, ਇਹ ਮੈਂ ਯਾਦ ਕਰ ਰਿਹਾ, ਇਹ ਮੈਂ ਸੋਚ ਰਿਹਾ, ਇਹਨੂੰ ਅਹੰਗ ਭਾਵ ਕਹਿੰਦੇ ਨੇ। ਇਹਨਾਂ ਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਨੇ, ਅੰਤਸ਼ਕਰਨ ਕਹਿੰਦੇ ਨੇ। ਹੁਣ ਤੁਸੀਂ ਕਿਸ ਤਰ੍ਹਾਂ ਦੇਖੋਗੇ ਮੇਰੇ ਅੰਦਰ ਕਿਹੜੇ ਵਿਚਾਰ ਪਏ ਚੱਲਦੇ, ਮੈਂ ਕਿਸ ਤਰ੍ਹਾਂ ਦੇਖਾਂਗਾ, ਤੁਸੀਂ ਕਿਸ ਨੂੰ ਯਾਦ ਪਏ ਕਰਦੇ, ਮੈਂ ਕੀ ਸੋਚ ਰਿਹਾ ਤੁਹਾਨੂੰ ਕੀ ਪਤਾ, ਤੁਸੀਂ ਕੀ ਯਾਦ ਕਰ ਰਹੇ ਹੋ ਮੈਨੂੰ ਕੀ ਪਤਾ। ਮਨ ਤੱਕ ਕਿਸੇ ਦੀ ਪਹੁੰਚ ਨਹੀਂ ਹੁੰਦੀ। ਇੱਕ ਦੂਜੇ ਦਾ ਤਨ ਵੇਖ ਸਕਦੇ ਹਾਂ, ਮਨ ਨੇ ਵਿਚਾਰ ਨਹੀਂ ਦੇਖ ਸਕਦੇ। ਲੇਕਿਨ ਆਤਮ ਗਿਆਨੀ ਇੱਕ ਹੋਰ ਗੱਲ ਕਹਿੰਦੇ ਨੇ, ਜੋ ਆਪਣੇ ਸਰੀਰ ਦੇ ਬਾਰੇ ਜਾਣਦਾ ਹੈ ਉਹ ਸਾਰੇ ਸਰੀਰਾਂ ਬਾਰੇ ਜਾਣਦਾ ਹੈ, ਜੋ ਆਪਣੇ ਮਨ ਬਾਰੇ ਜਾਣਦਾ ਹੈ ਉਹ ਸਾਰਿਆਂ ਦੇ ਮਨ ਬਾਰੇ ਜਾਣਦਾ ਹੈ, ਜੋ ਆਪਣੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਦੀ ਆਤਮਾ ਨੂੰ ਜਾਣਦਾ ਹੈ। ਸਾਰੇ ਜਗਤ ਨੂੰ ਜਾਣਨ ਦੇ ਨਾਲ ਕੋਈ ਨਹੀਂ ਜਾਣ ਸਕਦਾ, ਆਪਣੇ ਆਪ ਨੂੰ ਜਾਣਦਿਆਂ ਹੀ ਜਗਤ ਨੂੰ ਜਾਣ ਲੈਂਦਾ। ਸਾਰੇ ਜਗਤ ਨੂੰ ਜਿੱਤਣ ਨਾਲ ਕੋਈ ਜਗਤ ਨੂੰ ਨਹੀਂ ਜਿੱਤ ਸਕਿਆ ਅੱਜ ਤੱਕ, ਆਪਣੇ ਆਪ ਨੂੰ ਜਿੱਤਣ ਨਾਲ ਹੀ ਜਗਤ ਨੂੰ ਮਨੁੱਖ ਜਿੱਤ ਲੈਂਦੇ ਨੇ। ਇਸੇ ਨੂੰ ਮਹਾਰਾਜ ਨੇ ਕਿਹਾ ਮਨ ਜੀਤ ਜਗ ਜੀਤ। ਮਨ ਨੂੰ ਚਿੱਤਰ ਗੁਪਤ ਵੀ ਕਿਹਾ, ਉਹ ਚਿੱਤਰ ਉਹ ਤਸਵੀਰ ਜੋ ਗੁਪਤ ਹੈ। ਤਨ ਪ੍ਰਗਟ ਚਿੱਤਰ ਹੈ, ਤਨ ਠਿੰਗੜਾ ਹੈ, ਉੱਚਾ ਹੈ, ਕੱਦ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਨੈਣ ਨਕਸ਼ ਕੈਸੇ ਨੇ ਅੱਖਾਂ ਨਾਲ ਦਿਖਾਈ ਦੇ ਜਾਂਦਾ ਹੈ। ਪਰ ਇਸ ਬੰਦੇ ਦੇ ਵਿਚਾਰ ਕੀ ਨੇ, ਕਿਸ ਤਰ੍ਹਾਂ ਪੜੋਗੇ, ਇਹ ਕੀ ਸੋਚਦਾ ਰਹਿੰਦਾ ਹੈ, ਇਹਦੇ ਅੰਦਰ ਕਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਇਹਦੇ ਅੰਦਰ ਜਿਹੜਾ ਅਹੰਗ ਭਾਵ ਹੈ ਕਿਸ ਚੀਜ਼ ਦਾ ਹੈ, ਇਹ ਕਿਵੇਂ ਵੇਖੋਗੇ? ਨਹੀਂ ਵੇਖ ਸਕਦੇ। ਚਿੱਤਰ ਗੁਪਤ, ਇਹ ਤਾਂ ਗੁਪਤ ਹੈ, ਇਹ ਚਿੱਤਰ ਗੁਪਤ ਹੈ। ਸਰੀਰ ਪ੍ਰਗਟ ਚਿੱਤਰ ਹੈ, ਮਨ ਚਿੱਤਰ ਗੁਪਤ ਹੈ, ਗੁਪਤ ਚਿੱਤਰ,
ਜਿਹੜੀ ਗੱਲ ਬੰਦਾ ਸਿੱਧੀ ਨਹੀਂ ਨਾ ਸਮਝਦਾ ਉਹਨੂੰ ਕਹਾਣੀਆਂ ਨਾਲ ਸਮਝਾਇਆ ਅਤੇ ਸਮਝਿਆ ਜਾਂਦਾ। ਕਾਰਨ ਹੈ ਕਿ ਧਾਰਮਿਕ ਤੌਰ 'ਤੇ ਬੰਦਾ ਪਰੋੜ ਨਹੀਂ ਹੋਇਆ, ਅਡਲਟ ਨਹੀਂ ਹੋਇਆ। ਹਜ਼ਾਰਾਂ ਸਾਲ ਤੋਂ ਅਗਿਆਨ ਅਣਪ ਚਲੀ ਆ ਰਹੀ ਹੈ, ਚਲੀ ਆ ਰਹੀ। ਇਸ ਵਾਸਤੇ ਰਿਸ਼ੀ ਮੁਨੀਆਂ ਨੂੰ ਲੰਬੀਆਂ ਚੌੜੀਆਂ ਕਹਾਣੀਆਂ ਕਰਨੀਆਂ ਪੈਂਦੀਆਂ ਨੇ। ਅਤੇ ਕਹਾਣੀ ਨੂੰ ਸੰਸਕ੍ਰਿਤ ਦੇ 'ਚ ਕਹਿੰਦੇ ਨੇ ਮਿਥਿਹਾਸ। ਮਿਥ ਕੇ ਗੱਲ ਕੀਤੀ ਹੈ ਨਹੀਂ, ਹੈ ਨਹੀਂ। ਇਤਿਹਾਸ ਐਸਾ ਹੋਇਆ, ਮਿਥਿਹਾਸ ਐਸਾ ਹੋਇਆ ਨਹੀਂ, ਮਿਥ ਕੇ ਗੱਲ ਕਰਦੇ ਪਏ। ਇਸ ਵਾਸਤੇ ਕਹਿੰਦੇ ਨੇ ਮਿਥ ਹੈ। ਇਤਿਹਾਸ ਨੂੰ ਪਰਸ਼ਨ ਦੇ 'ਤੇ ਕਹਿੰਦੇ ਨੇ ਹਕੀਕਤ। ਇਹਦੇ ਹਕੀਕਤ ਹੈ, ਸੱਚਾਈ ਹੈ, ਪਰ ਆਖਿਆ ਤੇ ਹੈ ਪਰ ਉਹ ਹੈ ਨਹੀਂ, ਹਕੀਕਤ ਨਹੀਂ। ਉਹਨੂੰ ਕਹਿੰਦੇ ਨੇ ਕਹਾਣੀ, ਕਹਾ ਨਹੀਂ ਜੋ ਕਹਿ ਦਿੱਤਾ ਹੈ ਨਹੀਂ, ਹੈ ਨਹੀਂ, ਆਖਿਆ ਕਹਿ ਦਿੱਤਾ ਹੈ ਪਰ ਐਸਾ ਹੈ ਨਹੀਂ। ਇਹਨੂੰ ਫਿਰ ਕਹਿੰਦੇ ਨੇ ਉਰਦੂ 'ਚ ਕਹਾਣੀ। ਇਹ ਦੋ ਸ਼ਬਦਾਂ ਦਾ ਜੋੜ ਹੈ, ਕਹਾ ਨਹੀਂ ਜੋ ਕਹਿ ਦਿੱਤਾ ਹੈ ਉਹ ਹੈ ਨਹੀਂ, ਉਹ ਹੈ ਨਹੀਂ। ਉਹਨੂੰ ਕਿਧਰੇ ਮੰਨ ਨਾ ਲਓ, ਐਸਾ ਹੀ ਹੈ। ਇਹਨੂੰ ਸੰਸਕ੍ਰਿਤ ਦੇ 'ਚ ਕਹਿੰਦੇ ਨੇ ਮਿਥਿਹਾਸ। ਤੋ ਬੜਾ ਪੁਰਾਣਾਂ ਦੇ 'ਚ ਮਿਥਿਹਾਸ ਮਿਲਦਾ, ਧਰਮ ਗ੍ਰੰਥਾਂ ਦੇ 'ਚ ਮਿਥਿਹਾਸ ਮਿਲਦਾ। ਬੱਚੇ ਨੂੰ ਸਮਝਾਇਆ ਜਾਂਦਾ ਕਹਾਣੀਆਂ ਨਾਲ। ਬਈ ਇੱਕ ਬੈਠਾ ਹੈ ਚਿੱਤਰ ਗੁਪਤ, ਲੰਬਾ ਚੌੜਾ ਪੌਥਾ ਲੈ ਕੇ ਲੋਕਾਂ ਦੇ ਕਰਮ ਪਿਆ ਲਿਖਦਾ। ਔਰ ਫਿਰ ਪਰਮਾਤਮਾ ਦੇ ਦਰਬਾਰ ਵਿੱਚ ਉਹ ਪੋਥਾ ਖੋਲਿਆ ਜਾਂਦਾ। ਚਿੱਤਰਗੁਪਤ ਫੈਸਲਾ ਕਰਦਾ। ਗੁਰਬਾਣੀ ਦੀ ਬੜੀ ਸੁੰਦਰ ਪੰਕਤੀ, ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ। ਇਹ ਜਿਹੜਾ ਪ੍ਰਗਟ ਚਿੱਤਰ ਹੈ, ਅੰਤਿਮ ਸਮੇਂ ਦਫਨ ਕਰ ਦਿੱਤਾ ਜਾਂਦਾ ਜਾਂ ਜਲਾ ਦਿੱਤਾ ਜਾਂਦਾ। ਅੱਗੋਂ ਤੇ ਗੁਪਤ ਚਿੱਤਰ ਜਾਂਦਾ, ਅੱਗੇ ਚਿੱਤਰਗੁਪਤ ਜਾਂਦਾ। ਧਿਆਨ ਨਾਲ ਸੁਣਨਾ, ਪ੍ਰਗਟ ਚਿੱਤਰ ਤੇ ਇੱਥੇ ਰਹਿ ਗਿਆ, ਅੱਗੇ ਕਿੱਥੇ ਜਾਂਦਾ? ਰਾਖ ਹੋ ਗਿਆ ਜਾਂ ਖਾਕ ਹੋ ਗਿਆ? ਪ੍ਰਗਟ ਚਿੱਤਰ ਦੇ ਮੁਤਾਬਕ ਪਰਮਾਤਮਾ ਫੈਸਲਾ ਨਹੀਂ ਕਰਦਾ, ਚਿੱਤਰਗੁਪਤ ਦੇ ਮੁਤਾਬਕ ਕਰਦਾ। ਖੁਲਾਸਾ ਤੇ ਕਿਸੇ ਵਕਤ ਮੈਂ ਫਿਰ ਕਰਾਂਗਾ। ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ, ਪਰ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ। ਸਮਾਜ ਦੇਖਦਾ ਮੇਰੀ ਕਰਨੀ ਕੀ ਹੈ, ਕਾਨੂੰਨ ਦੇਖਦਾ ਮੇਰੀ ਕਰਨੀ ਕੀ ਹੈ, ਪਰਮਾਤਮਾ ਦੇਖਦਾ ਮੇਰੀ ਸੋਚਣੀ ਕੀ ਹੈ। ਸੰਸਾਰ ਇਹ ਦੇਖਦਾ ਮੇਰੀ ਕ੍ਰਿਤ ਕੀ ਹੈ, ਪਰਮਾਤਮਾ ਇਹ ਦੇਖਦਾ ਮੇਰੀ ਨੀਅਤ ਕੀ ਹੈ। ਉਹ ਚਿੱਤਰਗੁਪਤ ਦੇ ਮੁਤਾਬਕ ਫੈਸਲਾ ਕਰਦਾ, ਪ੍ਰਗਟ ਚਿੱਤਰ ਦੇ ਮੁਤਾਬਕ ਨਹੀਂ, ਸਾਡੇ ਨੈਣ ਨਕਸ਼ ਦੇ ਮੁਤਾਬਕ ਨਹੀਂ, ਸਾਡੇ ਰੰਗ ਦੇ ਮੁਤਾਬਕ ਨਹੀਂ, ਸਾਡੀ ਭਾਸ਼ਾ ਦੇ ਮੁਤਾਬਕ ਵੀ ਨਹੀਂ, ਸਾਡੇ ਵਿਚਾਰਾਂ ਦੇ ਮੁਤਾਬਕ, ਸਾਡੀ ਸੋਚਣੀ ਦੇ ਮੁਤਾਬਕ, ਸਾਡੀ ਯਾਦਾਂ ਦੇ ਮੁਤਾਬਕ। ਮੈਂ ਉਹੀ ਕੁਛ ਹਾਂ ਜੋ ਮੇਰੀਆਂ ਯਾਦਾਂ ਨੇ, ਤੁਸੀਂ ਉਹੀ ਕੁਛ ਹੋ ਜੋ ਤੁਹਾਡੇ ਵਿਚਾਰ ਨੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਉਹ ਨਹੀਂ ਹੈ। ਮਨੁੱਖ ਉਹੀ ਕੁਛ ਹੈ ਜੋ ਇਸਦੇ ਵਿਚਾਰ ਨੇ, ਜੋ ਇਸਦੀ ਸੋਚਣੀ ਹੈ, ਜੋ ਇਹਦੀਆਂ ਯਾਦਾਂ ਨੇ। ਧਾਰਮਿਕ ਮੰਦਰਾਂ ਵਿੱਚ ਆਉਣ ਦਾ ਮਤਲਬ ਹੈ ਵਿਚਾਰਾਂ ਵਿੱਚ ਪਰਮਾਤਮਾ ਆ ਜਾਏ, ਸੋਚਣੀ ਵਿੱਚ ਪਰਮਾਤਮਾ ਆ ਜਾਏ, ਯਾਦ ਵਿੱਚ ਪਰਮਾਤਮਾ ਆ ਜਾਏ।
ਅਸੀਂ ਪਰਮਾਤਮਾ ਨੂੰ ਕੋਈ ਗਵਾਇਆ ਨਹੀਂ ਹੈ, ਬੁਲਾਇਆ ਹੈ। ਬੁਲਿਆ ਕਿਉਂ ਹੈ? ਸਮਝ ਨਹੀਂ ਹੈ, ਸਮਝ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਪਹਿਲਾ ਵਸਤ ਸਿਆਣੀ ਹੈ ਤਾਂ ਕੀ ਜੇਵਾ ਬਾਹਰ। ਪਹਿਲੇ ਸਮਝ, ਜਿਸ ਦਿਨ ਸਮਝ ਆਏਗੀ ਫਿਰ ਪਤਾ ਕੀ ਹੋਵੇਗਾ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ। ਐਸਾ ਮਨੁੱਖ ਕਮ ਸੇ ਕਮ ਪਦਾਰਥਾਂ ਲਈ ਬਾਹਰ ਭਟਕ ਸਕਦਾ ਹੈ, ਪਰਮਾਤਮਾ ਲਈ ਨਹੀਂ। ਐਸਾ ਮਨੁੱਖ ਬਾਹਰ ਧਨ ਲਈ ਤੇ ਜਾ ਸਕਦਾ ਹੈ, ਧਰਮ ਲਈ ਨਹੀਂ। ਇਤਨੀ ਮੈਂ ਅਰਜ਼ ਕਰਦੇ ਹਾਂ। ਕਥ ਜਾਈਏ ਰੇ ਘਰ ਲਾਗੋ ਰੰਗ। ਸਵਾਮੀ ਰਾਮਾਨੰਦ ਦਾ ਬੜਾ ਕੀਮਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਕਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਾਇਓ ਭੰਗ। ਘਰ ਦੇ ਚ ਹੀ ਰੰਗ ਲੱਗੇ। ਕੁਛ ਤਾਰਕਿਕ ਲੋਕਾਂ ਨੇ ਕਬੀਰ ਨੂੰ ਕਿਹਾ ਵੀ ਤੈਨੂੰ ਕਦੀ ਮਸਜਿਦ ਵਿੱਚ ਨਹੀਂ ਦੇਖਿਆ, ਤੂੰ ਨਮਾਜ਼ ਪੜ੍ਹਨ ਨਹੀਂ ਆਉਂਦਾ। ਆਪ ਨੂੰ ਸ਼ਾਇਦ ਪਤਾ ਹੋਵੇ, ਕਬੀਰ ਦੇ ਮਾਤਾ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ। ਕਬੀਰ ਨਾਮ ਵੀ ਇਸਲਾਮੀ ਹੈ, ਅਰਬੀ ਦਾ ਸ਼ਬਦ ਹੈ, ਤੁਹਾਨੂੰ ਪਤਾ ਹੈ। ਕਬੀਰ, ਕਬੀਰ ਕੌਣ ਹੈ ਇਹਦੀ ਜਾਣਕਾਰੀ ਸਾਨੂੰ ਰਵਿਦਾਸ ਦਿੰਦੇ ਨੇ, ਨਾਮਦੇਵ ਦਿੰਦੇ ਨੇ। ਜਿਤਨੇ ਭਗਤ ਬੈਠੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਦੂਜੇ ਦਾ ਜ਼ਿਕਰ ਕਰਦੇ ਨੇ। ਇਸ ਤੋਂ ਮੈਨੂੰ ਇਹ ਸਮਝ ਮਿਲੀ, ਇਹ ਸਾਰੇ ਸਮਕਾਲੀ ਹੋਏ ਨੇ, ਇੱਕੋ ਹੀ ਵਕਤ ਵਿੱਚ ਹੋਏ ਨੇ। ਨਾਮਦੇਵ ਕਬੀਰ ਦਾ ਜ਼ਿਕਰ ਕਰਦੇ ਨੇ, ਕਬੀਰ ਨਾਮਦੇਵ ਦਾ ਜ਼ਿਕਰ ਕਰਦੇ। ਰਵਿਦਾਸ ਕਬੀਰ ਦਾ ਜ਼ਿਕਰ ਕਰਦੇ ਨੇ, ਕਬੀਰ ਰਵਿਦਾਸ ਦਾ ਜ਼ਿਕਰ ਕਰਦਾ ਹੈ। ਨਾਮਦੇਵ ਤ੍ਰਿਲੋਚਨ ਦਾ ਜ਼ਿਕਰ ਕਰਦੇ ਨੇ, ਤ੍ਰਿਲੋਚਨ ਨਾਮਦੇਵ ਦਾ ਜ਼ਿਕਰ ਕਰਦਾ। ਇਹ ਸਾਰੇ ਇੱਕ ਦੂਜੇ ਦਾ ਨਾਂ ਲੈਂਦੇ ਨੇ ਆਪਣੀ ਬਾਣੀ ਵਿੱਚ। ਇਸ ਤੋਂ ਇਹ ਸਮਝ ਮਿਲੀ, ਕਰੀਬਨ ਕਰੀਬਨ ਇਹ ਸਾਰੇ ਸਮਕਾਲੀ ਨੇ। ਉਮਰ ਦੇ ਥੋੜ੍ਹਾ ਜਿਹਾ ਭੇਦ ਹੋਵੇਗਾ, 2-4 ਸਾਲ, 8-10 ਸਾਲ ਦਾ, ਪਰ ਹੋਏ ਸਾਰੇ ਇੱਕੋ ਹੀ ਸਮੇਂ ਨੇ। ਚਲੋ ਇੱਕ ਪੁਖਤਾ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਕਬੀਰ ਦਾ ਇੱਕ ਸਲੋਕ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਖ ਜਾਏਂਗੇ ਸਤ ਭਾਖੇ ਰਵਿਦਾਸ। ਇਹ ਸਲੋਕ ਕਬੀਰ ਦਾ ਹੈ, ਕਬੀਰ ਦੇ ਸਲੋਕਾਂ ਵਿੱਚ ਹੈ। ਕਬੀਰ ਕਹਿ ਰਹੇ ਨੇ, ਰਵਿਦਾਸ ਬਿਲਕੁਲ ਠੀਕ ਕਹਿ ਰਹੇ, ਇਹਦੀ ਗੱਲ ਮੰਨ ਲਓ, ਤਸਦੀਕ ਕਰ ਰਹੇ ਨੇ। ਕਬੀਰ ਰਵਿਦਾਸ ਦੀ ਹਾਂ ਵਿੱਚ ਹਾਂ ਮਿਲਾ ਰਹੇ ਨੇ, ਤੇ ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦੇ ਨੇ। ਨਾਮਦੇਵ ਕਬੀਰ ਤ੍ਰਿਲੋਚਨ ਸਦਣਾ ਸੈਨ ਤਰੇ, ਕਹਿ ਰਵਿਦਾਸ ਸੁਨੋਰੇ ਸੰਤੋ ਅਰਜੀ ਤੇ ਸਭੇ ਸਰੇ। ਇਹ ਦੋਹਾਂ ਦੇ ਸਮਕਾਲੀ ਹੋਣ ਦਾ ਸਭ ਤੋਂ ਵੱਡਾ ਸਬੂਤ ਮਿਲ ਗਿਆ। ਕਬੀਰ ਆਪਣੀ ਬਾਣੀ ਚ ਰਵਿਦਾਸ ਦਾ ਜ਼ਿਕਰ ਕਰਦਾ ਹੈ, ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦਾ ਹੈ। ਫਿਰ ਰਵਿਦਾਸ ਇਹ ਦੱਸਦੇ ਨੇ, ਤੁਹਾਨੂੰ ਪਤਾ ਹੈ ਕਬੀਰ ਕੌਣ ਹੈ, ਇਹ ਕੌਣ ਹੈ? ਬੜੀ ਕੀਮਤੀਆਂ ਪੰਕਤੀਆਂ ਨੇ, ਮੈਂ ਤੁਹਾਡੇ ਸਾਹਮਣੇ ਰੱਖਾਂ। ਜਾ ਕੇ ਈਦ ਬਕਰੀਦ ਕੁੱਲ ਗਊ ਬਦ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾ ਕੇ ਬਾਪ ਐਸੀ ਕਰੀ ਪੂਤ ਐਸੀ ਸ੍ਰੀ, ਤੇਹੂੰ ਰੇ ਲੋਕ ਪ੍ਰਸਿੱਧ ਕਬੀਰਾ। ਜਿਨ੍ਹਾਂ ਨੇ ਕਦੀ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇਗਾ, ਉਹਨਾਂ ਦੇ ਸਾਹਮਣੇ ਪੰਕਤੀਆਂ ਆਈਆਂ ਹੋਣਗੀਆਂ।
ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ, ਜਿਹਦੇ ਘਰ ਦੇ ਚ ਬਕਰੀਦ ਮਨਾਈ ਜਾਂਦੀ ਸੀ ਔਰ ਉਸ ਦਿਨ ਗਊ ਜ਼ਬਾਹ ਕੀਤੀ ਜਾਂਦੀ ਸੀ। ਮਾਨੀਏ ਸ਼ੇਖ ਸ਼ਹੀਦ ਪੀਰਾ, ਮਜ਼ਾਰਾਂ ਤੇ ਚਦਰਾਂ ਚੜਾਈਆਂ ਜਾਂਦੀਆਂ ਸਨ, ਸ਼ੀਰਨੀਆਂ ਵੰਡੀਆਂ ਜਾਂਦੀਆਂ ਸਨ। ਜਾਂ ਕਿ ਬਾਪ ਐਸੇ ਹੀ ਕਰੀ, ਪਿਓ ਤੇ ਹੀ ਕੁਛ ਕਰਦਾ ਸੀ, ਕਬੀਰ ਦਾ ਪਿਤਾ ਤੇ ਹੀ ਕੁਛ ਕਰਦਾ ਸੀ। ਜਾਂ ਕਿ ਬਾਪ ਐਸੀ ਕਰੀ, ਪੂਤ ਐਸੀ ਸਰੀ, ਤੇ ਹੂਰੇ ਲੋਕ ਪ੍ਰਸਿੱਧ ਕਬੀਰਾ, ਲੇਕਿਨ ਪੁੱਤਰ ਨਹੀਂ ਕਰਦਾ। ਕਿਉਂ? ਪੁੱਤਰ ਦੇ ਐਲਾਨੀਆਂ ਇਹ ਬੋਲ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪਰਾਨ। ਇਹ ਭਗਤ ਕਬੀਰ ਦੇ ਬੋਲ, ਮੈਂ ਹਿੰਦੂ ਨਹੀਂ ਹਾਂ, ਮੈਂ ਮੁਸਲਿਮ ਵੀ ਨਹੀਂ ਹਾਂ। ਪੰਡਿਤ ਮੂਲਾਂ ਜੋ ਲਿਖ ਦਈਆ, ਛੱਡ ਚਲੇ ਹਮ ਕਿਛੋ ਨਾ ਲਿਆ। ਮੇਰਾ ਧਾਰਮਿਕ ਰੈਬਰ ਪੰਡਿਤ ਨਹੀਂ ਹੈ ਔਰ ਮੇਰਾ ਧਾਰਮਿਕ ਰੈਬਰ ਮੌਲਵੀ ਵੀ ਨਹੀਂ ਹੈ। ਮੈਂ ਇਹਨਾਂ ਦੇ ਪਿੱਛੇ ਚੱਲਣ ਵਾਲਾ ਨਹੀਂ, ਕਿਉਂਕਿ ਮੈਂ ਹਿੰਦੂ ਨਹੀਂ ਮੁਸਲਮਾਨ ਨਹੀਂ, ਪਰ ਅੱਲਾ ਜਪਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ, ਰਾਮ ਰਾਮ ਕਹਿਣ ਵਿੱਚ ਮੈਨੂੰ ਕੋਈ ਹਰਜ ਨਹੀਂ। ਅੱਲਾ ਰਾਮ ਕੇ ਪਿੰਡ ਪਰਾਂ, ਇਹ ਸਰੀਰ ਇਹ ਪ੍ਰਾਣ ਅੱਲਾ ਦੇ ਨੇ ਰਾਮ ਦੇ ਨੇ, ਪਰ ਮੈਂ ਹਿੰਦੂ ਮੁਸਲਿਮ ਨਹੀਂ ਹਾਂ। ਤਾਰਕਿਕ ਲੋਕਾਂ ਨੇ ਇੱਕ ਦਿਨ ਕਹਿ ਦਿੱਤਾ, ਕਬੀਰ ਤੂੰ ਕਦੇ ਨਮਾਜ਼ ਪੜ੍ਹਨ ਨਹੀਂ ਆਉਂਦਾ, ਖੁਦਾ ਦਾ ਨਾਂ ਲਿਆ ਕਰ, ਬੰਦਗੀ ਕਰਿਆ ਕਰ, ਤੈਨੂੰ ਕਦੀ ਮਸਜਿਦ ਵਿੱਚ ਨਹੀਂ ਦੇਖਿਆ। ਪਤਾ ਕਬੀਰ ਕੀ ਕਹਿੰਦੇ ਨੇ? ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ। ਸਾਡੀ ਦੇਹੀ ਮਸਜਿਦ ਬਣ ਗਈ, ਸਾਡਾ ਮਨ ਮੌਲਵੀ ਬਣ ਗਿਆ। ਤੁਸੀਂ ਪੰਜ ਵਕਤ ਨਮਾਜ਼ ਪੜ੍ਹਦੇ ਹੋਵੋਗੇ, ਅਸੀਂ ਹਰ ਵਕਤ ਪੜ੍ਹਦੇ ਹਾਂ। ਸਾਡੀ ਕਾਇਆ ਮਸਜਿਦ ਬਣ ਗਈ। ਭਗਤ ਪੀਪਾ ਜੀ ਕਹਿੰਦੇ ਨੇ, ਕਾਇਓ ਦੇਵਲ ਕਾਇਓ ਦੇਵਲ, ਕਾਹੋ ਜੰਗਮ ਜਾਤੀ, ਕਾਹੋ ਧੂਪ ਦੀਪ ਨਹੀਂ ਬੇਦਾ, ਕਾਹੋ ਪੂਜੋ ਪਾਤੀ। ਮੇਰੀ ਕਾਇਆ ਦੇਵਲ ਬਣ ਗਈ, ਦੇਵਤਾ ਪ੍ਰਗਟ ਹੋ ਗਿਆ, ਕਾਇਆ ਹਰੀ ਮੰਦਰ ਬਣ ਗਈ। ਮੰਦਰ ਵਿੱਚ ਇਸ ਵਾਸਤੇ ਜਾਣਾ ਹੈ, ਕਿਸੇ ਜ਼ਿੰਦਗੀ ਹਰੀ ਮੰਦਰ ਬਣ ਜਾਏ। ਹਰੀ ਮੰਦਰ ਇਹੋ ਸਰੀਰ ਹੈ ਜਿਸ ਵਿੱਚ ਸੱਚੇ ਕਾ ਵਾਸ। ਮਸਜਿਦ ਵਿੱਚ ਇਸ ਵਾਸਤੇ ਜਾਣਾ ਹੈ, ਕਿਸੇ ਦਿਨ ਜ਼ਿੰਦਗੀ ਖਾਨਾ ਹੈ ਖੁਦਾ ਬਣ ਜਾਏ। ਗੁਰਦੁਆਰੇ ਇਸ ਵਾਸਤੇ ਜਾਣਾ ਹੈ, ਕਿਸੇ ਦਿਨ ਜੀਵਨ ਗੁਰੂ ਦਾ ਰੂਪ ਹੋ ਜਾਏ ਤੇ ਗੁਰੂ ਮਾਣ ਨਾਲ ਕਹਿ ਦੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮੰਦਰ ਮਸਜਿਦ ਕਿਸ ਵਾਸਤੇ ਜਾਂਦੇ ਹਾਂ? ਪਰਮਾਤਮਾ ਯਾਦ ਆਵੇ। ਪਰ ਯਕੀਨ ਜਾਣੋ, ਜਿਹਦੀ ਜ਼ਿੰਦਗੀ ਹਰੀ ਮੰਦਰ ਹੋ ਜਾਏ, ਉਹਨੂੰ ਵੇਖ ਕੇ ਵੀ ਰੱਬ ਯਾਦ ਆਉਂਦਾ। ਇਸ ਵਾਸਤੇ ਅਸੀਂ ਅਰਦਾਸ ਦੇ ਚ ਸ਼ਬਦ ਐਡ ਕੀਤੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਹਰ। ਜਿਨ੍ਹਾਂ ਦੀ ਜ਼ਿੰਦਗੀ ਹਰੀ ਮੰਦਰ ਹੋ ਗਈ, ਜਿਨ੍ਹਾਂ ਦਾ ਜੀਵਨ ਗੁਰੂ ਵਰਗਾ ਹੋ ਗਿਆ, ਔਰ ਗੁਰੂ ਮਾਣ ਨਾਲ ਕਵੇ ਮੇਰਾ ਹੈ, ਮੇਰਾ ਆਪਣਾ ਹੀ ਰੂਪ। ਗੁਰਦੁਆਰੇ ਗਿਆ ਹੋਇਆ ਉਸ ਦਿਨ ਸਫਲ ਸਮਝ ਲਓ, ਜਿਸ ਦਿਨ ਮਨੁੱਖ ਗੁਰੂ ਦਾ ਰੂਪ ਹੋ ਜਾਂਦਾ ਹੈ, ਉਸ ਤੋਂ ਪਹਿਲੇ ਨਹੀਂ। ਉਸ ਤੋਂ ਪਹਿਲੇ ਰਸਤੇ 'ਚ ਹੈ, ਅਜੇ ਪਹੁੰਚੇ ਕੋਈ ਨਹੀਂ। ਮੰਦਰ ਗਿਆ ਹੋਇਆ ਉਸੇ ਦਾ ਹੀ ਸਫਲ, ਜਿਹਦੀ ਜ਼ਿੰਦਗੀ ਹਰੀ ਮੰਦਰ ਬਣ ਗਈ। ਨਮਾਜ਼ ਪੜ੍ਹੀ ਹੋਈ ਉਸੇ ਦੀ ਸਫਲ, ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਜਾਏ। ਭਗਤ ਕਬੀਰ ਇਸ ਤਰ੍ਹਾਂ ਕਹਿੰਦੇ, ਦੇਹੀ ਮਹਿਜਿਦ, ਮੇਰੀ ਦੇਹੀ ਮਸਜਿਦ ਬਣ ਗਈ ਹੈ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਜਿਸ ਦਿਨ ਨੌਨਿਤ ਨਾਮ ਪ੍ਰਗਟ ਹੋ ਜਾਂਦਾ ਹੈ,
ਕਾਇਆ ਹਰਿਮੰਦਰ ਬਣ ਜਾਂਦੀ। ਭਗਤ ਪੀਪਾ ਜੀ ਇਹੀ ਕਹਿ ਰਹੇ ਨੇ, ਕਾਇਆ ਬਹੁਖੰਡ ਖੋਜਤੇ ਨੌ ਨਿਧ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ। ਕਾਇਆ ਦੀ ਖੋਜ ਕਰਦਿਆਂ ਕਰਦਿਆਂ ਨੌ ਨਿਧ ਵਸਤੂ ਸਾਨੂੰ ਪ੍ਰਾਪਤ ਹੋ ਗਈ, ਤੇ ਨੌ ਨਿਧੀਆਂ ਕੀ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾ। ਤਾਂ ਹੁਣ ਮੈਂ ਮੂਲ ਨੁਕਤਾ ਤੁਹਾਡੇ ਸਾਹਮਣੇ ਰੱਖਾਂ। ਖੋਜੀ ਬਿਰਤੀਆਂ ਤੇ ਮਨੁੱਖ ਕੋਲ ਜਨਮ ਤੋਂ ਹੀ ਨੇ, ਇਹਦੀ ਅੱਖ ਖੁੱਲਦੀ ਹੈ ਤੇ ਕੁਝ ਲੱਭਦਾ ਹੈ, ਕੁਝ ਤਲਾਸ਼ ਕਰ ਰਿਹਾ, ਜੀਵਨ ਭਰ ਤਲਾਸ਼ ਕਰਦਾ ਹੈ ਮਨੁੱਖ। ਖੋਜ ਖੋਜ ਕੇ ਜੋ ਲੱਭੇ ਹੈ ਉਸ ਨਾਲ ਤ੍ਰਿਪਤੀ ਨਹੀਂ ਹੋਈ, ਤੇ ਤ੍ਰਿਪਤੀ ਕਿਵੇਂ ਹੋਣੀ ਇਸ ਦਾ ਪਤਾ ਵੀ ਕੋਈ ਨਹੀਂ। ਤ੍ਰਿਪਤੀ ਨੂੰ ਰਜੇਵਾਂ ਕਹਿੰਦੇ ਨੇ, ਜੋ ਰੱਜ ਜਾਏ ਰਾਜਾ, ਹਰ ਮਨੁੱਖ ਰਾਜਾ ਹੋਣਾ ਚਾਹੁੰਦਾ ਹੈ। ਜੋ ਭੁੱਖਾ ਉਹਨੂੰ ਬੁਖਾਰੀ ਕਹਿੰਦੇ ਨੇ, ਜੋ ਰੱਜ ਗਿਆ ਹੈ ਰਾਜਾ, ਰਾਜੇ ਦੇ ਅਰਥ ਇਹਨੇ ਨੇ, ਰਾਜੇ ਦੇ ਅਰਥ ਹੁਕਮਰਾਨ ਨਹੀਂ ਹੈ। ਪ੍ਰਭ ਜੀ ਤੇਰੀ ਦਾਤੀ ਰਾਜਾ, ਇਹ ਪ੍ਰਭੂ ਤੇਰੀ ਦਾਤ ਨਾਲ ਮੈਂ ਰੱਜ ਸਕਦਾ। ਜੋ ਰੱਜ ਗਿਆ ਤ੍ਰਿਪਤ ਹੋ ਗਿਆ ਰਾਜਾ, ਔਰ ਜਿਸ ਦੇ ਅੰਦਰ ਮੰਗ ਚੱਲੀ ਰਹੀ ਹੈ, ਚੱਲੀ ਰਹੀ ਹੈ, ਬਿਖਾਰੀ ਹੈ, ਮੰਗਤਾ ਹੈ। ਇੱਕ ਗਾਥਾ ਹੈ, ਇੱਕ ਸੂਫੀ ਸੰਤ ਉਹਨੂੰ ਕਿਧਰੇ ਪਿੰਡ ਦੇ ਵਸਨੀਕਾਂ ਨੇ ਕਿਹਾ, ਤੂੰ ਅਕਬਰ ਕੋਲ ਜਾ, ਸਾਡੇ ਪਿੰਡ ਦੇ ਵਿੱਚ ਮਦਰਸਾ ਨਹੀਂ ਹੈ, ਸਕੂਲ ਨਹੀਂ ਹੈ, ਤੇ ਤੇਰਾ ਮਾਣ ਸਨਮਾਨ ਬੜਾ ਹੈ, ਤੇਰੇ ਕਹਿਣ ਨਾਲ ਅਕਬਰ ਨੇ ਸਾਡੇ ਪਿੰਡ ਵਿੱਚ ਮਦਰਸਾ ਬਣਾ ਦੇਣਾ, ਬੱਚਿਆਂ ਦੀ ਪੜ੍ਹਾਈ ਦਾ ਸਾਧਨ ਹੋ ਜਾਣਾ, ਤੂੰ ਜਾ। ਇਹ ਫਕੀਰ ਸੁੱਤੇ ਸਿਰ ਸਵੇਰੇ ਪਹੁੰਚ ਗਿਆ, ਪਰ ਉਦੋਂ ਅਕਬਰ ਦੁਆ ਦੇ ਸੀ ਔਰ ਕਹਿ ਰਿਹਾ ਸੀ, ਹੇ ਖੁਦਾਵੰਦ ਤਾਲਾ, ਤੂੰ ਮੇਰਾ ਰਾਜ ਪਾਠ ਹੋਰ ਵਧਾ, ਮੇਰੇ ਖਜ਼ਾਨੇ ਹੋਰ ਭਰ, ਮੈਨੂੰ ਤਾਕਤ ਹੋਰ ਦੇ, ਮੈਂ ਵਿਸ਼ਵ ਜੇਤੂ ਬਣਾ। ਇਸ ਤਰ੍ਹਾਂ ਉਹ ਮੰਗ ਰਿਹਾ ਸੀ। ਫਕੀਰ ਕਹਿੰਦਾ ਹੈ, ਮੈਂ ਤੇ ਰਾਜੇ ਕੋਲ ਆਇਆ ਸੀ ਤੇ ਬੁਰੇਕੇ ਨਾਲ ਮੰਗਤੇ ਕੋਲ ਆ ਗਏ, ਇੱਥੇ ਆਪ ਪਿਆ ਮੰਗਦਾ, ਇੱਥੇ ਆਪ ਮੰਗ ਰਿਹਾ। ਜਿਉਂ ਵਾਪਸ ਹੋਇਆ, ਅਕਬਰ ਨੂੰ ਵੀ ਮਹਿਸੂਸ ਹੋਇਆ ਕੋਈ ਆਇਆ ਹੈ ਪਿੱਛੇ, ਪਰ ਮੁੜ ਰਿਹਾ, ਦੇਖਿਆ ਪਿੱਛੇ ਮਹਾਨ ਸੂਫੀ ਸੰਤ ਹਜ਼ਰਤ ਨਿਜ਼ਾਮੁਦੀਨ ਦਾ ਚੇਲਾ। ਰੋਕਿਆ, ਫਕੀਰ ਸਾਈਂ ਆਏ ਹੋ, ਦੱਸੋ ਕੋਈ ਕੰਮ ਕੀ ਚਾਹੀਦਾ ਹੈ? ਕਹਿੰਦੇ ਕੁਛ ਨਹੀਂ ਚਾਹੀਦਾ, ਹੁਣ ਜਿਸ ਤੋਂ ਤੂੰ ਮੰਗ ਰਿਹਾ ਸੀ ਨਾ ਉਸੇ ਤੋਂ ਮੰਗਾਂਗਾ, ਜਾ ਤੂੰ ਆਪਣਾ ਕੰਮ ਕਰ। ਜਿਸ ਦੇ ਅੰਦਰ ਮੰਗ ਜਾ ਰਹੀ ਹੈ ਮੰਗਤਾ ਹੈ, ਜੋ ਰੱਜ ਗਿਆ ਰਾਜਾ ਹੈ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਮਨੁੱਖ ਰਜੇਵਾਂ ਲੱਭ ਰਿਹਾ, ਹੋਰ ਕੁਛ ਵੀ ਨਹੀਂ ਲੱਭ ਰਿਹਾ, ਤ੍ਰਿਪਤੀ ਲੱਭ ਰਿਹਾ, ਖੋਜ ਰਿਹਾ। ਸਭ ਤੋਂ ਪਹਿਲੇ ਮਨੁੱਖ ਨੇ ਖੋਜ ਦਾ ਕੰਮ ਜ਼ਮੀਨ ਤੋਂ ਸ਼ੁਰੂ ਕੀਤਾ। ਜ਼ਮੀਨ ਨੇ ਅੰਨ ਦਿੱਤਾ ਹੈ, ਧਨ ਦਿੱਤਾ ਹੈ, ਤਰ੍ਹਾਂ ਤਰ੍ਹਾਂ ਦੀ ਮੈਦਨੀਆਤ ਝੋਲੀ ਦੇ ਚ ਪਾਈ ਹੈ। ਜ਼ਮੀਨ ਅਜੇ ਵੀ ਬਹੁਤ ਕੁਛ ਦੇ ਰਹੀ ਹੈ, ਲੇਕਿਨ ਮਨੁੱਖ ਰਜਿਆ ਨਹੀਂ ਤ੍ਰਿਪਤ ਹੋਇਆ।
ਫਿਰ ਮਨੁੱਖ ਇਹਨੇ ਪਹਾੜਾਂ ਦੇ ਸੀਨੇ ਚੀਰੇ, ਪਹਾੜਾਂ ਦੇ ਚੋਂ ਸੋਨਾ ਮਿਲਿਆ, ਚਾਂਦੀ ਮਿਲੀ, ਹੀਰੇ ਮਿਲੇ, ਜਵਾਹਰਾਤ ਮਿਲੇ, ਮੂੰਗੇ ਮਿਲੇ, ਨੀਲਮ ਮਿਲੇ, ਪੰਨੇ ਮਿਲੇ, ਲੋਹਾ ਮਿਲਿਆ, ਤਾਂਬਾ ਮਿਲਿਆ, ਬੜਾ ਕੁਛ ਪਹਾੜਾਂ ਨੇ ਮਨੁੱਖ ਦੀ ਝੋਲੀ 'ਚ ਪਾਇਆ ਔਰ ਦੇ ਰਹੇ ਨੇ। ਲੇਕਿਨ ਮਨੁੱਖ ਰਜਿਆ ਨਹੀਂ ਹੈ, ਪਹਾੜ ਵੀ ਨਹੀਂ ਰਜਾ ਸਕੇ, ਜ਼ਮੀਨ ਵੀ ਨਹੀਂ ਰਜਾ ਸਕੀ। ਫਿਰ ਮਨੁੱਖ ਨੇ ਸਾਗਰਾਂ ਦੇ ਪਾਣੀ ਨੂੰ ਛਾਣਿਆ, ਸਮੁੰਦਰ ਨੂੰ ਛਾਣਿਆ, ਤਰ੍ਹਾਂ ਤਰ੍ਹਾਂ ਦੀ ਸੌਗਾਤ ਮੈਦਨੀਆਤ ਸਾਗਰ ਨੇ ਵੀ ਮਨੁੱਖ ਦੀ ਝੋਲੀ 'ਚ ਪਾਈ ਹੈ, ਬਹੁਤ ਕੁਛ ਪਾਈ ਹੈ ਔਰ ਬਹੁਤ ਕੁਛ ਸਾਗਰ ਵੀ ਦੇ ਰਿਹਾ। ਲੇਕਿਨ ਮਨੁੱਖ ਨਹੀਂ ਰਜਿਆ। ਇੰਨਾ ਵੱਡਾ ਸਾਗਰ, ਤਿੰਨ ਹਿੱਸੇ ਸਮੁੰਦਰ ਹੈ, ਇੱਕ ਹਿੱਸੇ ਜ਼ਮੀਨ ਹੈ, ਨਾ ਇਹ ਸਮੁੰਦਰ ਮਨੁੱਖ ਨੂੰ ਰਜਾ ਸਕਿਆ, ਨਾ ਇਹ ਧਰਤੀ, ਨਾ ਇਹ ਪਹਾੜ। ਫਿਰ ਮਨੁੱਖ ਦੀਆਂ ਨਜ਼ਰਾਂ ਜਿਹੜੀਆਂ ਨੇ ਆਸਮਾਨ 'ਤੇ ਗਈਆਂ, ਸਭ ਤੋਂ ਨੇੜੇ ਗ੍ਰਹਿ ਸੀ ਚੰਦਰਮਾ, ਤਾਂ ਫਿਰ ਇਹ ਸੋਚਿਆ ਸ਼ਾਇਦ ਉੱਥੋਂ ਕੁਛ ਲੱਭੇ ਔਰ ਅਸੀਂ ਮਾਲਾਮਾਲ ਹੋ ਜਾਈਏ। ਉਸ ਵਕਤ ਦੀਆਂ ਦੋ ਹਕੂਮਤਾਂ, ਰਸ਼ੀਆ ਅਤੇ ਅਮੈਰੀਕਾ, ਸੈਂਕੜੇ ਸਾਇੰਟਿਸਟ ਦਿਨ ਰਾਤ ਦਿਮਾਗ ਖਪਾਉਂਦੇ ਰਹੇ, ਹਜ਼ਾਰਾਂ ਟੈਕਨੀਸ਼ੀਅਨ ਜੁੜੇ ਰਹੇ, ਅਰਬਾਂ ਖਰਬਾਂ ਡਾਲਰ ਖਰਚ ਹੋਏ ਦੋ ਮੁਲਕਾਂ ਦੇ। ਚੋਟੀ ਦੇ ਸਿਆਣੇ ਸਾਇੰਟਿਸਟ ਦਿਨ ਰਾਤ ਮਗਜ਼ ਖਪਾਈ ਕਰਦੇ ਰਹੇ, ਕਿਤਨੇ ਇੰਜੀਨੀਅਰ, ਕਿਤਨੇ ਟੈਕਨੀਸ਼ੀਅਨ, ਕਿਤਨੀ ਲੇਬਰ, ਦਿਨ ਰਾਤ ਲੱਗੀ ਰਹੀ, ਅਰਬਾਂ ਖਰਬਾਂ ਡਾਲਰ ਦੋ ਮੁਲਕਾਂ ਦੇ ਖਰਚ ਹੋਏ, ਤਾਂ ਕਿਧਰੇ ਮਨੁੱਖ ਇੱਕ ਦਿਨ ਚੰਦਰਮਾ 'ਤੇ ਪਹੁੰਚਣ ਦੇ ਸਫਲ ਹੋਇਆ। ਜਿਸ ਦਿਨ ਮਨੁੱਖ ਦੇ ਪੈਰ ਚੰਨ 'ਤੇ ਟਿਕੇ ਸਨ, ਸਾਰੀ ਦੁਨੀਆ ਵਿੱਚ ਹੁਲਾਸ ਦੀ ਲਹਿਰ ਦੌੜ ਗਈ ਸੀ। ਦੁਨੀਆ ਬਹੁਤ ਖੁਸ਼, ਮਨੁੱਖ ਚੰਨ 'ਤੇ ਪਹੁੰਚ ਗਿਆ, ਚੰਦਰਮਾ 'ਤੇ ਪਹੁੰਚ ਗਿਆ। ਉਹਨਾਂ ਦਿਨਾਂ ਵਿੱਚ ਇੱਕ ਮਹਾਨ ਉਰਦੂ ਦਾ ਮਾਇਆ ਨਾਜ਼ ਸ਼ਾਇਰ ਜ਼ਿੰਦਾ ਸੀ, ਜਿਗਰ ਮੁਰਾਦਾਬਾਦੀ, ਹੁਣ ਤੇ ਨਹੀਂ ਹੈ। ਉਹਦੀ ਜ਼ਬਾਨ 'ਚੋਂ ਇੱਕ ਬੋਲ ਨਿਕਲਿਆ, ਆਸਮਾਨੋਂ ਕੀ ਤਮੰਨਾ ਕਰਨੇ ਵਾਲੇ, ਜ਼ਮੀਂ ਵੀ ਹੱਥ ਸੇ ਜਾਤੀ ਰਹੇਗੀ। ਤੂੰ ਚੰਦਰਮਾ 'ਤੇ ਰਹਿਣ ਦੀ ਕੋਸ਼ਿਸ਼ ਕਰ ਰਿਹਾ, ਤੈਨੂੰ ਤੇ ਜ਼ਮੀਨ ਦੇ ਉੱਤੇ ਵੀ ਰਹਿਣ ਦੀ ਜਾਚ ਨਹੀਂ ਆਈ। ਜਿਹੋ ਜਿਹਾਂ ਦਾ ਨਰਕ ਤੂੰ ਜ਼ਮੀਨ 'ਤੇ ਬਣਾਇਆ, ਇਹੋ ਜਿਹਾਂ ਦਾ ਨਰਕ ਤੂੰ ਆਸਮਾਨ 'ਤੇ ਬਣਾਏਗਾ, ਹੋਰ ਕੀ ਕਰੇਗਾ? ਉੱਥੇ ਵੀ ਵਿਤਕਰੇ ਲੈ ਜਾਏਗਾ, ਉੱਥੇ ਵੀ ਖੂਨ ਖਰਾਬੇ ਲੈ ਜਾਏਗੇ, ਉੱਥੇ ਵੀ ਤੂੰ ਆਪਣਾ ਹੰਕਾਰ ਲੈ ਜਾਏਗਾ, ਉੱਥੇ ਵੀ ਤੂੰ ਜ਼ਾਤ ਪਾਤ ਦੇ ਝਗੜੇ ਲੈ ਜਾਏਗਾ, ਉੱਥੇ ਵੀ ਫੋਕਾ ਹੰਕਾਰ ਲੈ ਜਾਏਗਾ, ਚੰਦਰਮਾ ਦੀ ਧਰਤੀ ਨੂੰ ਵੀ ਖੂਨ ਨਾਲ ਰੰਗੇਗਾ, ਹੋਰ ਕੀ ਕਰੇਗਾ? ਆਸਮਾਨੋਂ ਕੀ ਤਮੰਨਾ ਕਰਨੇ ਵਾਲੇ, ਜ਼ਮੀਨ ਵੀ ਹੱਥ ਸੇ ਜਾਤੀ ਰਹੇਗੀ। ਭਾਵੇਂ ਅਰਬਾਂ ਖਰਬਾਂ ਡਾਲਰ ਖਰਚ ਹੋਏ, ਭਾਵੇਂ ਕਈ ਸਾਲ ਮਿਹਨਤ ਹੋਈ, ਤੇ ਸਿਆਣਿਆਂ ਸਿਆਣਿਆਂ ਨੇ ਸਿਰ ਖਪਾਇਆ, ਪਰ ਲਿਆਏ ਉੱਥੋਂ ਕੀ? ਮੁੱਠੀ ਭਰ ਰੇਤ ਹੀ ਲਿਆਏ, ਹੋਰ ਕੁਛ ਨਹੀਂ। ਉਹ ਮੈਂ ਰੇਤ ਦੇਖੀ ਹੈ, ਹੋਸਟਨ ਵਿੱਚ ਪਈ ਸੀ, ਸਾਇੰਸ ਮਿਊਜ਼ੀਅਮ ਵਿੱਚ, ਦੇਖ ਕੇ ਦੰਗ ਰਹਿ ਗਿਆ। ਮੈਂ ਕਿਹਾ ਹੱਦ ਹੋ ਗਈ, ਇਸੇ 'ਤੇ ਅਰਬਾਂ ਖਰਬਾਂ ਡਾਲਰ ਖਰਚ ਕੀਤੇ, ਇਹ ਮੁੱਠੀ ਭਰ ਰੇਤ ਲਿਆਉਂਦੀ।
ਇਹ ਭਾਰਤ ਦੇਸ਼ ਵੀ ਉਹ ਰੇਤ ਦਿਖਾਉਣ ਵਾਸਤੇ ਲਿਆਏ ਸਨ। ਪ੍ਰਗਤੀ ਮੈਦਾਨ ਦੇ 'ਚ ਇੱਕ ਮਹੀਨਾ ਪਈ ਰਹੀ ਸੀ, ਲੋਕੀ ਲਾਈਨ ਲਾ ਕੇ ਵੇਖਦੇ ਸਨ। ਬੜੀ ਲੰਬੀ ਲਾਈਨ, ਚੰਦਰਮਾ ਦੀ ਮਿੱਟੀ। ਮੈਂ ਕਿਹਾ ਹੱਦ ਹੋ ਗਈ, ਇੰਨਾ ਖਰਚ, ਇਤਨੀ ਮਿਹਨਤ, ਲਿਆਂਦੀ ਮੁੱਠੀ ਭਰ ਰੇਤ ਮਿੱਟੀ। ਹੁਣ ਮਨੁੱਖ ਦੀਆਂ ਨਿਗਾਹਾਂ ਮੰਗਲ 'ਤੇ ਨੇ, ਸ਼ਨੀ 'ਤੇ ਅੱਗੇ ਨੇ। ਚੰਦਰਮਾ ਤੋਂ ਤਾਂ ਕੁਛ ਨਹੀਂ ਮਿਲਿਆ, ਸ਼ਾਇਦ ਅੱਗੋਂ ਕੁਛ ਮਿਲੇ, ਤੁਹਾਨੂੰ ਹੋਰ ਅੱਗੇ ਜਾਣ ਦੀ ਕੋਸ਼ਿਸ਼ ਪਏ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ, ਕਿਧਰੇ ਵੀ ਚਲਾ ਜਾ, ਤੇਰੀ ਲੋੜਾਂ ਦੀ ਪੂਰਤੀ ਹੋ ਜਾਏਗੀ, ਸੁੱਖ ਨਹੀਂ ਮਿਲੇਗਾ, ਨਹੀਂ ਮਿਲੇਗਾ, ਨਾ ਜ਼ਮੀਨ 'ਤੇ ਮਿਲੇਗਾ, ਨਾ ਆਸਮਾਨ 'ਤੇ ਮਿਲੇਗਾ, ਨਾ ਚੰਦਰਮਾ 'ਤੇ ਮਿਲੇਗਾ, ਨਾ ਮੰਗਲ 'ਤੇ ਮਿਲੇਗਾ। ਦੇਸ਼ ਬਦਲ ਲਏ, ਘਰ ਬਦਲ ਲਏ, ਮੁਲਕ ਬਦਲ ਲਏ, ਮਜ਼ਹਬ ਬਦਲ ਲਏ, ਜ਼ਾਤ ਪਾਤ ਤੋਂ ਬਦਲ ਲਏ, ਸ਼ਹਿਰ ਬਦਲ ਲਏ, ਸੁੱਖ ਨਹੀਂ ਮਿਲੇਗਾ, ਸਿਰਫ ਲੋੜਾਂ ਦੀ ਪੂਰਤੀ ਹੋ ਗਈ, ਫਿਰ ਕਿਵੇਂ ਮਿਲੇਗਾ, ਕਿੱਥੋਂ ਮਿਲੇਗਾ? ਤਾਂ ਸਾਹਿਬ ਕਹਿੰਦੇ ਨੇ, ਇੱਕ ਹੈ ਜਗ੍ਹਾ ਐਸੀ, ਅਗਰ ਤੂੰ ਖੋਜੈ ਮਿਲੇਗਾ, ਖੋਜ ਕਰਦਿਆਂ ਉਂਝ ਨਹੀਂ ਲੇਕਿਨ ਮਿਲੇਗਾ। ਉਹ ਕਿੱਥੇ? ਜਿੱਥੋਂ ਮੈਂ ਖੋਜ ਕਰਾਂ ਅਤੇ ਰੱਜ ਜਾਵਾਂ। ਸਾਹਿਬ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾ ਨਿਧ ਪਾਈ। ਅਗਰ 10,000 ਕਿਧਰੇ ਸਤਸੰਗੀ ਬੈਠੇ ਹੁਣ ਕਿਸੇ ਵੀ ਧਾਰਮਿਕ ਮੰਦਿਰ ਦੇ 'ਚ, ਕੋਈ ਇੱਕ ਅੱਧ ਆਉਂਦਾ ਮਨ ਦੀ ਖੋਜ ਕਰਨ ਵਾਲਾ, ਬਾਕੀ ਨਹੀਂ, ਬਾਕੀ ਨਹੀਂ, ਕੋਈ ਇੱਕ ਅੱਧ। ਇਹ ਗਿਣਤੀ ਹੈ, ਨਿਰਾਸ਼ਾਜਨਕ ਹੈ। ਇਸ ਵਾਸਤੇ ਹਜ਼ਾਰਾਂ ਸਾਲ ਪਹਿਲੇ ਵੀ ਕੋਈ ਕਰੋੜਾਂ 'ਚ ਇੱਕ ਅੱਧ ਭਗਤ ਆਉਂਦਾ ਸੀ ਰੱਬ ਨਾਲ ਜੁੜੇ ਹੋਇਆ, ਅੱਜ ਵੀ ਉਤਨੇ ਨੇ। ਮੈਂ ਇਹ ਨਹੀਂ ਕਹਿੰਦਾ ਧਰਤੀ ਖਾਲੀ ਹੈ, ਅੱਜ ਵੀ ਹਨ, ਪਰ 6 ਅਰਬ ਦੇ ਕਰੀਬ ਜ਼ਮੀਨ 'ਤੇ ਮਨੁੱਖ ਪਏ ਵਸਦੇ ਨੇ, 600 ਮਨੁੱਖਾਂ ਤੋਂ ਜ਼ਿਆਦਾ ਨਹੀਂ ਆਉਣਗੇ, ਬਸ ਇਤਨੇ। ਇਹ ਤਾਂ ਕੁਛ ਵੀ ਨਾ ਹੋਈ, ਇਹ ਤਾਂ ਉਸ ਤੋਂ ਕੁਛ ਵੀ ਨਹੀਂ। ਯਕੀਨ ਨਹੀਂ ਬਜਦਾ ਕਿ ਮਨ ਦੇ 'ਚੋਂ ਸੁੱਖ ਮਿਲੇਗਾ, ਆਨੰਦ ਮਿਲੇਗਾ, ਮਹਾਰਸ ਮਿਲੇਗਾ, ਖੇੜਾ ਤੇ ਖੁਸ਼ੀ ਮਿਲੇਗੀ। ਭਗਤਾਂ ਸੰਤਾਂ ਨੇ ਤੇ ਐਸਾ ਕਿਹਾ ਸਾਨੂੰ, ਅਵਤਾਰ ਤੇ ਇਹੀ ਕਹਿੰਦੇ ਰਹੇ ਨੇ, ਲੋੜਾਂ ਦੀ ਪੂਰਤੀ ਬਾਹਰੋਂ ਕਰ, ਆਤਮਕ ਅਨੰਤ ਤੂੰ ਅੰਦਰੋਂ ਲੈ, ਖੁਸ਼ੀਆਂ ਤੂੰ ਅੰਦਰੋਂ ਲੈ, ਖੇੜਾ ਤੂੰ ਅੰਦਰੋਂ ਲੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾ ਨਿਧ ਪਾਈ। ਨਿਜ਼ਾਮ ਹੈਦਰਾਬਾਦ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ, ਉਸ ਮੁਸ਼ਾਇਰੇ 'ਚ ਮਿਰਜ਼ਾ ਗਾਲਿਬ ਵੀ ਪਹੁੰਚਿਆ ਸੀ, ਪੁਰਾਣੀ ਗੱਲ। ਤੇ ਗਾਲਿਬ ਆਪਣੇ ਜ਼ਮਾਨੇ ਦਾ ਬੜਾ ਮਾਇਆਨਾਸ ਸ਼ਾਇਰ ਸੀ। ਇਕਬਾਲ ਵੀ ਕਹਿੰਦਾ ਹੈ ਕਿ ਗਾਲਿਬ ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਦਾ ਦਿਮਾਗ ਕਿਤਨਾ ਉੱਚਾ ਸੋਚ ਸਕਦਾ ਹੈ ਅਤੇ ਕਿਤਨਾ ਗਹਿਰਾ ਸੋਚ ਸਕਦਾ। ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ, ਉਂਝ ਨਹੀਂ ਪਤਾ ਮੈਨੂੰ ਚੱਲਣਾ ਸੀ, ਕਹਿੰਦਾ ਮੈਂ ਭੁਲੇਖੇ 'ਚ ਰਹਿਣਾ ਸੀ, ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਕਿ ਮਨੁੱਖ ਇਤਨਾ ਗਹਿਰਾਈ 'ਚ ਵੀ ਜਾ ਸਕਦਾ, ਇਤਨਾ ਬੁਲੰਦ ਵੀ ਜਾ ਸਕਦਾ। ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਤੱਕ ਲੈ ਜਾਣੀਆਂ ਪੈਂਦੀਆਂ। ਰੱਬੀ ਨਹੀਂ, ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ। ਜੋ ਗੱਲ ਗਹਿਰੀ ਨਹੀਂ
ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ। ਇਕਬਾਲ ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ, ਇਤਨਾ ਬੁਲੰਦੀਆਂ ਨੂੰ ਵੀ ਛੂ ਸਕਦਾ, ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ। ਗਾਲਿਬ ਅਤਿਅੰਤ ਮੁਫਲਿਸ ਮੁਸ਼ਾਇਰੇ ਤੋਂ ਬਾਹਰ ਆਇਆ ਤੇ ਇੱਕ ਖਾਨ ਵਾਰ ਪਹਾੜਾਂ ਦੇ ਸੀਨੇ ਚੀਰ ਕੇ ਹੀਰੇ ਲੱਭਦਾ ਹੁੰਦਾ ਸੀ। ਅਜੇ ਵੀ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਲੋਕੀ ਲੱਭਦੇ ਨੇ। ਭਾਰਤ ਵਿੱਚ ਇੱਕ ਸ਼ਹਿਰ ਦਾ ਨਾਂ ਹੈ ਪੰਨਾ, ਮੱਧ ਭਾਰਤ ਦਾ ਸ਼ਹਿਰ, ਉਸ ਸ਼ਹਿਰ ਦਾ ਨਾਂ ਹੈ ਪੰਨਾ। ਕੋਈ 30,000 ਬੰਦੇ ਉਹਨਾਂ ਦਾ ਧੰਦਾ ਹੀ ਹੈ, ਉੱਥੇ ਹੀਰੇ ਪੰਨੇ ਲੱਭਦੇ ਰਹਿੰਦੇ ਨੇ ਪਹਾੜਾਂ 'ਚ, ਮਿਲਦੇ ਨੇ ਛੋਟੇ ਛੋਟੇ ਅਤੇ ਬਥੇਰਿਆਂ ਨੂੰ ਮਿਲਦੇ ਨੇ, ਕਦੀ ਕਦਾਈ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ। ਉਸ ਸ਼ਹਿਰ ਦਾ ਨਾਂ ਹੀ ਹੈ ਪੰਨਾ, ਇਹ ਕੰਮ ਧੰਦਾ ਹੀ ਇਹੀ ਹੈ। 30,000 ਬੰਦਿਆਂ ਦੀ ਰੋਜ਼ੀ ਇਸੇ 'ਤੇ ਹੀ ਹੈ, ਪਹਾੜ ਦੇ 'ਚੋਂ ਹੀਰੇ ਲੱਭਦੇ ਰਹਿੰਦੇ, ਪੰਨੇ ਲੱਭਦੇ ਰਹਿੰਦੇ। ਅਤੇ ਹੈਦਰਾਬਾਦ ਦੇ ਨੇੜੇ ਵੀ ਇਸ ਤਰ੍ਹਾਂ ਦੇ ਖੋਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ। ਉਸ ਖਾਨ ਵਾਰ ਨੇ ਗਾਲਿਬ ਨੂੰ ਕਿਹਾ, ਤੂੰ ਮੇਰਾ ਸ਼ਾਗਿਰਦ ਬਣ, ਮੈਂ ਤੈਨੂੰ ਦੱਸਾਂਗਾ ਪਹਾੜਾਂ ਦੇ ਸੀਨੇ ਚੀਰ ਕੇ ਹੀਰੇ ਕਿਵੇਂ ਲੱਭੀਦੇ ਨੇ, ਪੰਨੇ ਕਿਵੇਂ ਲੱਭੀਦੇ ਨੇ, ਜਵਾਹਰ ਕਿਵੇਂ ਲੱਭੀਦੇ ਨੇ, ਔਰ ਤੂੰ ਮਾਲਾ ਮਾਲ ਹੋ ਜਾਏਗਾ। ਗਾਲਿਬ ਕਹਿਣ ਲੱਗਾ, ਮਿੱਤਰਾ ਫਿਰ ਤੂੰ ਮੇਰਾ ਸ਼ਾਗਿਰਦ ਬਣ, ਮੈਂ ਤੈਨੂੰ ਦੱਸਾਂਗਾ ਆਪਣਾ ਹੀ ਸੀਨਾ ਚੀਰ ਕੇ ਖੁਦਾਈ ਕਲਾਮ ਕਿਵੇਂ ਕੱਢੀਦਾ, ਰੱਬੀ ਗਿਆਨ ਕਿਵੇਂ ਕੱਢੀਦਾ, ਮੈਂ ਤੈਨੂੰ ਦੱਸਾਂਗਾ, ਤੂੰ ਮੇਰਾ ਚੇਲਾ ਬਣ। ਬੜੇ ਕੀਮਤੀ ਬੋਲ ਉਸਨੇ ਆਖੇ ਨੇ, ਸੁਖਨ ਕਿਆ ਕਹਿ ਨਹੀਂ ਸਕਤੇ, ਜੋਇਆ ਹੂੰ ਜੋ ਜੌਹਰ ਕਾ, ਜਿਗਰ ਕਿਆ ਹਮ ਨਹੀਂ ਰੱਖਤੇ, ਜੋ ਖੋਦੇ ਜਾ ਕੇ ਮੈਦਨ ਕੋ। ਕਹਿੰਦਾ ਪਹਾੜਾਂ ਦੇ ਸੀਨੇ ਤੇ ਮੈਂ ਤਾਂ ਚੀਰਾਂ ਜੇ ਮੈਂ ਆਪਣਾ ਸੀਨਾ ਨਾ ਰੱਖਦਾ। ਤੂੰ ਚੀਰ ਪਹਾੜਾਂ ਦੇ ਸੀਨੇ, ਚਮਕਦੇ ਪੱਥਰ ਤੈਨੂੰ ਮਿਲਣਗੇ, ਮੈਂ ਚੀਰਾਂਗਾ ਆਪਣਾ ਸੀਨਾ, ਚਮਕਦਾ ਹੋਇਆ ਖੁਦਾ ਮੈਨੂੰ ਮਿਲੇ, ਰੱਬੀ ਨੂਰ ਮੈਨੂੰ ਮਿਲੇ, ਰੱਬੀ ਗਿਆਨ ਮੈਨੂੰ ਮਿਲੇ। ਹਿੰਦੂਆਂ ਨੂੰ ਸਮਝਾਉਣ ਦਾ ਤੇ ਕਹਿਣ ਦਾ ਢੰਗ ਨਹੀਂ ਆਇਆ ਬਈ ਹਨੂਮਾਨ ਨੇ ਆਪਣਾ ਸੀਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ। ਗੱਲ ਉਹੀ ਹੈ ਹਨੂਮਾਨ ਦੇ ਨਾਲ ਵੀ ਜੋ ਗਾਲਿਬ ਕਹਿ ਰਿਹਾ, ਪਰ ਮੈਂ ਇਤਿਹਾਸ ਜੋੜ ਦਿੱਤਾ ਹੈ। ਕਹਿੰਦੇ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂੰਮਾਨ ਨੂੰ ਦੇ ਦਿੱਤੀ, ਵੀ ਤੂੰ ਮਦਦ ਬਹੁਤ ਕੀਤੀ, ਸੇਵਾ ਬਹੁਤ ਕੀਤੀ, ਇਹ ਲੈ। ਤਾਜਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜਪੋਸ਼ੀ ਹੋ ਰਹੀ ਸੀ ਅਯੋਧਿਆ ਦੇ ਵਿੱਚ, ਇਹ 12 ਦੋ ਪੱਥਰ ਚੁੱਕ ਲਿਆਇਆ ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ, ਫਿਰ ਦੂਜਾ ਤੋੜਦਾ, ਫਿਰ ਤੀਜਾ ਤੋੜਦਾ। ਸੀਤਾ ਦੀ ਜ਼ਬਾਨ ਚੋਂ ਨਿਕਲਿਆ ਵਾਨਰ ਆ, ਬੰਦਰ ਨਹੀਂ ਸੀ, ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਹਾਂ, ਵਨ ਨਰ, ਜੰਗਲ ਦੇ 'ਚ ਰਹਿਣ ਵਾਲਾ ਨਰ, ਸ਼ਹਿਰ ਦੇ 'ਚ ਰਹਿਣ ਵਾਲਾ ਨਹੀਂ, ਪਿੰਡ ਦੇ 'ਚ ਰਹਿਣ ਵਾਲਾ ਨਹੀਂ, ਵਾਨਰ, ਵਨ ਦੇ 'ਚ ਰਹਿਣ ਵਾਲਾ, ਬਨ ਦੇ 'ਚ ਰਹਿਣ ਵਾਲਾ, ਬਨ ਨਰ, ਜੰਗਲ ਦਾ ਆਦਮੀ, ਜੰਗਲ ਦੇ 'ਚ ਰਹਿਣ ਵਾਲਾ, ਬੰਦਰ ਨਹੀਂ ਸੀ, ਮਨੁੱਖ ਸੀ। ਔਰ ਇਸ ਤਰ੍ਹਾਂ ਦੀ
ਉੱਚੀ ਜ਼ਿੰਦਗੀ ਤੇ ਸੋਚਣੀ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ, ਬੰਦਰਾਂ ਨਾਲ ਨਹੀਂ। ਸੀਤਾ ਨੇ ਕਿਹਾ, ਹਨੁਮੰਤ ਇਤਨੀ ਕੀਮਤੀ ਤੈਨੂੰ ਮੈਂ ਮਾਲਾ ਦਿੱਤੀ, ਔਰ ਇਹ ਮਾਲਾ ਰਾਮ ਨੂੰ ਵੀ ਬੜੀ ਪਿਆਰੀ, ਉਹਨਾਂ ਨੇ ਤੋਹਫਾ ਜਾਣ ਕੇ ਮੈਨੂੰ ਦਿੱਤੀ ਤੇ ਮੈਂ ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ। ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸੌਗਾਤ ਦੀ ਤੋਹੀਨ ਕਰ ਰਿਹਾ, ਤੋੜੀ ਜਾ ਰਿਹਾ ਕਿਉਂ? ਹਨੂਮਾਨ ਕਹਿੰਦੇ, ਮੈਂ ਰਾਮ ਦੇਖ ਰਿਹਾ, ਇਹਦੇ ਚ ਰਾਮ ਹੈ ਕਿ ਨਹੀਂ। ਤੂੰ ਸੀਤਾ ਕਹਿੰਦੀ, ਇਤਨੀ ਸਮਝ ਹੋਣੀ ਚਾਹੀਦੀ ਹੈ, ਜੜ ਚੀਜ਼ ਦੇ ਚ ਰਾਮ ਨਹੀਂ ਆਉਂਦਾ, ਮੋਤੀ ਜੜ ਨੇ, ਜੜ ਦੇ ਚ ਰਾਮ ਨਹੀਂ ਆਉਂਦਾ, ਇਤਨੀ ਤੇ ਸਮਝ ਹੋਣੀ ਚਾਹੀਦੀ। ਮਾਲਾ ਚੁੱਕ ਕੇ ਪਰੇ ਪਵਾਈ, ਕਹਿਣ ਲੱਗੇ, ਜੇ ਇਹਦੇ ਚ ਰਾਮ ਨਹੀਂ ਤਾਂ ਫਿਰ ਮੈਂ ਕੀ ਕਰਨਾ। ਹੈਲੋ, ਫਿਰ ਤੂੰ ਸੀਤਾ ਵੀ ਪੜ੍ਹੀ ਲਿਖੀ ਸੂਝਵਾਨ, ਕਹਿਣ ਲੱਗੇ, ਹਨੁਮੰਤ ਇਹ ਸਰੀਰ ਜੜ ਹੈ, ਪੰਜੇ ਦੇ ਪੰਜੇ ਤੱਤ ਜੜ ਨੇ, ਅਗਨੀ ਜੜ ਹੈ, ਪਾਣੀ ਜੜ ਹੈ, ਪ੍ਰਿਥਵੀ ਜੜ ਹੈ, ਆਕਾਸ਼ ਜੜ ਹੈ, ਪਵਨ ਜੜ ਹੈ, ਤੇ ਪੰਜ ਤੱਤਾਂ ਦਾ ਇਹ ਸਰੀਰ ਹੈ, ਤੇ ਜਿਸ ਦੇ ਚ ਰਾਮ ਨਹੀਂ ਹੈ, ਤੂੰ ਕਹਿੰਦਾ ਉਹ ਮੈਨੂੰ ਨਹੀਂ ਚਾਹੀਦਾ, ਤੂੰ ਫਿਰ ਸਰੀਰ ਕਿਉਂ ਰੱਖੇ, ਇਹ ਵੀ ਜੜ ਹੈ, ਇਹਨੂੰ ਕਿਉਂ ਚੁੱਕੀ ਫਿਰਦਾ? ਉਹ ਥੋੜੀ ਰੋਸ ਦੇ ਚ ਆਈ, ਬਈ ਇੱਕ ਤੇ ਗਲਤੀ ਕੀਤੀ ਇਸਨੇ, ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ, ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾ ਸਮਝੀ ਦੀ ਹੈ, ਨਾ ਸਮਝੀ ਦੀ ਨਹੀਂ ਕਰ ਰਿਹਾ ਸੀ, ਇਹ ਸਰੀਰ ਜੜ ਹੈ, ਫਿਰ ਇਹ ਕਿਉਂ ਰੱਖਿਆ ਹੋਇਆ? ਹਨੁਮਾਨ ਕਹਿੰਦਾ, ਮਾਂ ਗੱਲ ਸੁਣ, ਅਗਰ ਸਰੀਰ ਦੇ ਚ ਰਾਮ ਨਹੀਂ ਤਾਂ ਮੈਨੂੰ ਸਰੀਰ ਦੀ ਵੀ ਲੋੜ ਨਹੀਂ, ਮੈਂ ਇਹਦੇ ਵੀ ਟੁਕੜੇ ਕਰ ਦਿਆਂ। ਕਹਿੰਦੇ ਨੇ, ਇਤਨਾ ਜਜ਼ਬਿਆਂ ਨਾਲ ਭਰਿਆ ਹੈ, ਉਹਦੀ ਰੋਮ ਰੋਮ ਜ਼ਬਾਨ ਬਣ ਗਈ, ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ, ਗੁਰਮੁਖ ਰੋਮ ਰੋਮ ਹਰ ਦਿਆਵੇ। ਕਈ ਦਫ਼ਾ ਜਜ਼ਬੇ ਇਤਨੇ ਉਮੜਦੇ ਨੇ, ਪਿਆਰ ਅੰਦਰੋਂ ਇਤਨਾ ਉਮੜਦਾ ਹੈ, ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਵਿੱਚ ਅਸਮਰਥ ਹੋ ਜਾਂਦੀ ਹੈ। ਜਿਸੇ ਪਿੱਛੇ ਹੜ੍ਹ ਆ ਰਿਹਾ ਹੋਵੇ ਪਾਣੀ ਦਾ, ਅਤੇ ਉਹਨੂੰ ਕਿਧਰੇ ਇੱਕ ਇੰਚ ਪਾਈਪ ਦੇ 'ਚ ਜੋ ਹੈ ਲੰਘਾਈਏ, ਉਸਨੂੰ ਗੁਜ਼ਾਰੀਏ ਕਿੱਥੇ, ਇੰਨਾ ਪਿੱਛੇ ਹੜ੍ਹ ਆ ਰਿਹਾ। ਜਜ਼ਬਿਆਂ ਦਾ ਹੜ, ਭਾਵਨਾਵਾਂ ਦਾ ਹੜ, ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ, ਇਹ ਜ਼ਬਾਨ ਛੋਟੀ ਪੈ ਜਾਂਦੀ ਹੈ, ਇੱਕ ਇੱਕ ਰੋਮ ਰਸਨਾ ਬਣ ਜਾਂਦੀ ਹੈ। ਮੈਂ ਗ੍ਰੰਥਾਂ ਵਿੱਚ ਪੜ੍ਹਿਆ ਐਸਾ ਸੀ, ਪਰ ਮੇਰੀ ਤਰਕ ਬੁੱਧੀ ਰਹੀ ਹੈ, ਬਚਪਨ ਤੋਂ ਮੈਂ ਮੰਨਦਾ ਨਹੀਂ ਸੀ, ਐਸਾ ਮੈਂ ਮੰਨਦਾ ਨਹੀਂ ਸੀ। ਪੜ੍ਹਿਆ ਮੈਂ ਸਵਾਮੀ ਰਾਮ ਤੀਰਥ ਬਾਰੇ ਵੀ ਸੀ, ਪੜ੍ਹਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ। ਸੇਵਾਦਾਰ ਰਾਤ ਨੂੰ ਸੰਤ ਬਾਬਾ ਅਤਰ ਸਿੰਘ ਦੇ ਕਮਰੇ 'ਚ ਚਲਾ ਗਿਆ, ਗਿਆ ਇਸ ਵਾਸਤੇ ਕਮਰੇ 'ਚ ਆਵਾਜ਼ ਆ ਰਹੀ ਸੀ, ਵਾਹਿਗੁਰੂ ਵਾਹਿਗੁਰੂ। ਅਤੇ ਸੇਵਾਦਾਰ ਨੇ ਸੋਚਿਆ, ਬਾਬਾ ਜੀ ਤਾਂ ਸੌਂ ਰਹੇ ਨੇ, ਨੀਂਦ ਦੇ 'ਚ ਨੇ, ਕੋਈ ਹੋਰ ਆਦਮੀ ਚਲਾ ਗਿਆ ਅੰਦਰ, ਵਾਹਿਗੁਰੂ ਵਾਹਿਗੁਰੂ ਜਪ ਰਿਹਾ ਅਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ, ਕਿਸੇ ਹੋਰ ਜਗ੍ਹਾ ਉਸਨੂੰ ਬੈਠਣਾ ਚਾਹੀਦਾ। ਇਸ ਬੋਲੇ ਕਿ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ 'ਚ ਚਲਾ ਗਿਆ, ਬਈ ਉਹਨੂੰ ਮੈਂ ਕਹਾਂ, ਜੇ ਤੂੰ ਨਾਮ ਜਪਣਾ ਵੀ ਹੈ ਤਾਂ ਬਾਹਰ ਆ ਕੇ ਬੈਠ, ਕਿਸੇ ਹੋਰ ਕਮਰੇ 'ਚ ਬੈਠ, ਜਿੱਥੇ ਬਾਬਾ ਜੀ ਸੁੱਤੇ ਪੈਣ ਉੱਥੇ ਜਪਦਾ ਪੈ। ਔਰ ਕਮਰੇ 'ਚ ਕੀ ਦੇਖਦਾ, ਇਕੱਲੇ ਬਾਬਾ ਜੀ ਨੇ,
ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ। ਮੂੰਹ ਬੰਦ ਸੀ, ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ, ਰੋਂਗਟੇ ਖੜੇ ਸਨ। ਅਭਿਆਸੀਆਂ ਕੋਲ ਮੈਂ ਸੁਣਿਆ ਔਰ ਇਹ ਭਗਤ ਮਾਲ ਵਿੱਚ ਪੜ੍ਹਿਆ, ਲੇਕਿਨ ਵਿਸ਼ਵਾਸ ਨਹੀਂ ਬੱਝਦਾ ਸੀ। ਫਿਰ ਇਹਨਾਂ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਨੇ ਔਰ ਅਜੇ ਵੀ ਮੌਜੂਦ, ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ, ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ। ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ, ਆਪਣੀ ਭੁੱਲ ਦਿਖਾਈ ਦਿੱਤੀ, ਆਪਣੀ ਮੂਰਖਤਾ ਦਿਖਾਈ ਦਿੱਤੀ। ਮੈਂ ਕਿਹਾ ਨਹੀਂ, ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰ ਰਿਹਾ ਹੈ, ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਹੈ, ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਹੈ, ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ, ਰੋਮ ਰੋਮ ਰਸਨਾ ਬਣ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ 'ਤੇ ਫਰਿਆਦ ਕੀਤੀ ਹੈ, ਕੋਟ ਕਰਨ ਦੀ ਜੇ ਪ੍ਰਭ ਸਵਾਮੀ ਹਰ ਜਸ ਸੁਣੀਏ ਅਬਨਾਸੀ ਰਾਮ। ਤੂੰ ਦੋ ਕੰਨ ਦਿੱਤੇ ਨੇ ਮੈਨੂੰ, ਇੱਕੋ ਹੀ ਥਾਂ ਮੈਂ ਤੇਰਾ ਜਸ ਸੁਣ ਸਕਦਾ। ਚਾਰੋਂ ਪਾਸੇ ਜਿੱਥੇ ਵੀ ਪੁਰਾਣ ਰਾਹੀਂ, ਕੁਰਾਨ ਰਾਹੀਂ, ਕਿਸੇ ਵੀ ਸੰਤ ਦੇ ਕਲਾਮ ਰਾਹੀਂ ਇਹ ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ, ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ, ਮੈਂ ਸੁਣਨਾ ਚਾਹੁੰਦਾ। ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ, ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ। ਗੁਰੂ ਅਰਜਨ ਦੇਵ ਜੀ, ਕੋਟ ਕਰਨ ਦੀ ਜੇ ਪ੍ਰਭ ਸਵਾਮੀ, ਇਹ ਪ੍ਰਭ ਮੈਨੂੰ ਕਰੋੜਾਂ ਕੰਨ ਦੇ, ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ। ਕੀ ਕਰੋਗੇ ਕਰੋੜਾਂ ਕੰਨਾਂ ਦਾ, ਕੀ ਕਰੋਗੇ? ਹਰ ਜਸ ਸੁਣੀਏ ਅਵਨਾਸੀ ਰਾਮ, ਤੇਰੇ ਜਸ ਦੇ ਚ ਇਤਨਾ ਆਨੰਦ ਹੈ, ਆਨੰਦ ਹੈ, ਆਨੰਦ ਦਾ ਸਾਗਰ ਹੈ, ਪਰ ਕੀ ਕਰਾਂ, ਕੰਨਾਂ ਦੇ ਦੋ ਕਟੋਰੇ ਬੜੇ ਛੋਟੇ ਨੇ, ਮੈਨੂੰ ਕਰੋੜਾਂ ਕੰਨ ਦੇ, ਮੈਂ ਹਰ ਪਾਸੇ ਸੁਣਾਂ। ਔਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗਿਆ ਮੈਨੂੰ ਕਰੋੜਾਂ ਜ਼ਬਾਨ ਦੇ, ਕੀ ਇੱਕ ਜ਼ਬਾਨ ਦਿੱਤੀ? ਤੇਰੇ ਨਾਮ ਜਪਣ ਦੇ ਜਿਤਨਾ ਰਸ, ਇਤਨਾ ਆਨੰਦ ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ, ਮੈਨੂੰ ਕਰੋੜਾਂ ਦੇ। ਭਾਈ ਗੁਰਦਾਸ ਵੀ ਐਸਾ ਕਹਿੰਦੇ ਨੇ, ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ, ਬਣ ਜਾਂਦੇ ਨੇ, ਇੱਕ ਇੱਕ ਰੋਮ ਰਸਨਾ ਬਣ ਜਾਂਦੀ, ਗੁਰਮੁਖ ਰੋਮ ਰੋਮ ਹਰ ਦਿਹਾਵੇ। ਟੀੜੀ ਗੜਵਾਲ ਦਾ ਰਾਜਾ ਤੇ ਸਵਾਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ, ਉਹਦੇ ਵੀ ਰੋਮ ਰੋਮ ਦੇ ਚੋਂ ਰਾਮ ਦੀ ਧੁੰਨ ਨਿਕਲੀ ਸੀ। ਰਾਤ ਦਾ ਵਕਤ ਉਹਨਾਂ ਦੇ ਮਹਿਮਾਨ ਖਾਨੇ ਠਹਿਰਿਆ ਹੋਇਆ, ਠਹਿਰਾਇਆ ਉਹਨਾਂ ਨੇ, ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ, ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾੜ ਲਿਆ, ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ। ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ ਸਵਾਮੀ ਰਾਮ ਦੀ। ਤੋ ਕਹਿਣ ਤੋਂ ਮੁਰਾਦ, ਜਦ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਵੀ। ਹਾਂ, ਸਰੀਰ ਭਾਵੇਂ ਜੜ ਹੈ, ਹਨੁਮੰਤ ਇਸ ਜੜ ਦੇ ਵਿੱਚ ਵੀ ਰਾਮ ਹੈ। ਭਾਵੇਂ ਪੱਥਰ ਜੜ ਹੈ, ਉਸ ਵਿੱਚ ਵੀ ਰਾਮ ਹੈ। ਕੋਈ ਐਸੀ ਜਗ੍ਹਾ ਨਹੀਂ ਜਿਹਦੇ 'ਚ ਰਾਮ ਨਹੀਂ ਹੈ, ਰਾਮ ਤੋਂ ਬਿਨਾਂ ਕੁਛ ਵੀ ਨਹੀਂ ਹੈ। ਸਭ ਕੁਛ ਤੇ ਰਾਮ ਦੇ 'ਚ ਹੈ, ਸਭ ਕੁਛ ਤੇ ਪਰਮਾਤਮਾ ਦੇ 'ਚ ਹੈ। ਉੱਥੇ ਸੀਤਾ ਦੇ ਹੱਥ ਜੁੜ ਗਏ। ਗਾਲਿਬ ਕਹਿੰਦਾ, ਸੁਖਨ ਕਿਆ ਕਹਿ ਨਹੀਂ ਸਕਤੇ, ਜੋਇਆ ਹੂੰ ਜੋ ਜੌਹਰ ਕਾ, ਜਿਗਰ ਕਿਆ ਹਮ ਨਹੀਂ ਰਖਤੇ, ਜੋ ਖੋਦੇ ਜਾ ਕੇ ਮੈਦਨ ਕੋ। ਪਹਾੜਾਂ ਦੇ ਸੀਨੇ ਮੈਂ ਤਾਂ ਚੀਰਾਂ ਜੇ ਮੈਂ ਆਪਣਾ ਸੀਨਾ ਨਹੀਂ ਰੱਖਦਾ।
ਜਦ ਵੀ ਪ੍ਰਭੂ ਦਾ ਨਾਮ ਪ੍ਰਗਟ ਹੁੰਦਾ ਆਪਣੇ ਸੀਨੇ ਚੋਂ ਹੀ ਪ੍ਰਗਟ ਹੁੰਦਾ, ਖੁਦਾਈ ਕਰਨੀ ਪੈਂਦੀ। ਠੀਕ ਹੈ, ਮਨੁੱਖ ਨੇ ਜ਼ਮੀਨ ਦੀ ਖੁਦਾਈ ਕੀਤੀ, ਜ਼ਮੀਨ ਨੇ ਬੜਾ ਅੰਨ ਧਨ ਦਿੱਤਾ ਹੈ, ਪਹਾੜਾਂ ਨੇ ਬਹੁਤ ਕੁਝ ਦਿੱਤਾ ਹੈ, ਸਾਗਰ ਨੇ ਬਹੁਤ ਕੁਝ ਦਿੱਤਾ ਔਰ ਦੇ ਰਿਹਾ ਹੈ। ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲਿਆਏ, ਪਤਾ ਨਹੀਂ ਕੱਲ ਕੀ ਲਿਆਵੇ, ਲੇਕਿਨ ਜੋ ਕੁਛ ਵੀ ਲਿਆਏਗਾ ਲੋੜਾਂ ਦੀ ਪੂਰਤੀ ਹੋਵੇਗੀ, ਆਨੰਦ ਨਹੀਂ ਮਿਲੇਗਾ, ਸੁੱਖ ਨਹੀਂ ਮਿਲੇਗਾ, ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਵਿੱਚ ਖੋਜ ਕਰੇਗਾ। ਤਾਂ ਪਾਤਸ਼ਾਹ ਦੀ ਬਾਣੀ ਕਹਿੰਦੀ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾ ਨਿਧ ਪਾਈ। ਇਸ ਦੀ ਖੋਜ ਕਿਵੇਂ ਕਰੀਏ, ਕਿਸ ਢੰਗ ਨਾਲ ਕਰੀਏ, ਇਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ, ਤਾਂ ਕਿ ਤੁਹਾਡੇ ਵਿੱਚ ਕੋਈ ਇੱਕ ਅੱਧ ਵੀ ਫੈਸਲਾ ਕਰ ਲਵੇ, ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਹੈ। ਤਾਂ ਫਿਰ ਇਹ ਕਥਾ ਕੀਤੀ ਹੋਈ ਸਫਲ ਹੋ ਗਈ, ਕੀਤਾ ਹੋਇਆ ਸਤਸੰਗ ਸਫਲ ਹੋ ਗਿਆ, ਕਿਉਂਕਿ ਬਥੇਰਿਆਂ ਤੋਂ ਉਮੀਦ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਾਂ, ਬੜੇ ਬੜੇ ਅਵਤਾਰੀ ਪੁਰਸ਼ਾਂ ਨੇ ਯਤਨ ਕੀਤੇ ਨੇ, ਬੜੇ ਬੜੇ ਸੰਤ ਜਨਾਂ ਨੇ ਯਤਨ ਕੀਤੇ ਨੇ, ਮਨੁੱਖ ਜ਼ਮੀਨ ਦੇ 'ਚ ਹੀ ਲੱਭਦਾ ਰਹਿ ਜਾਂਦਾ, ਬਾਹਰ ਹੀ ਲੱਭਦਾ ਰਹਿੰਦਾ, ਆਪਣੇ ਅੰਦਰ ਝਾਤ ਨਹੀਂ ਮਾਰਦਾ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਪਦਾਰਥ ਲੱਭਣਾ ਬਾਹਰੋਂ ਲੱਭਣਾ ਪਏਗਾ, ਲੱਭਣਾ ਚਾਹੀਦਾ, ਪਰਮਾਤਮਾ ਲੱਭਣਾ ਅੰਦਰੋਂ ਲੱਭਣਾ ਪਏਗਾ, ਬਾਹਰੋਂ ਨਹੀਂ ਮਿਲੇਗਾ। ਬਾਹਰ ਟੋਲੇ ਸੋ ਭਰਮ ਬੁਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਬੜੀ ਕੀਮਤੀ ਪੰਕਤੀ, ਤਨ ਮੇ ਮਨੁਆ ਮਨ ਮੇ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਦੇ ਚ ਮਨ ਹੈ, ਮਨ ਦੇ ਚ ਸੱਚ ਹੈ, ਤਨ ਦੇ ਚ ਮਨ ਹੈ, ਮਨ ਦੇ ਚ ਪਰਮਾਤਮਾ। ਖੋਜ ਕਰੋ, ਔਰ ਜਿਸ ਦਿਨ ਖੋਜ ਕਰਦੇ ਹਾਂ ਉਸ ਦਿਨ ਫਿਰ ਮਨ ਜੋਤ ਸਰੂਪ ਹੋ ਜਾਂਦਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਖੋਜ ਕਿਵੇਂ ਕਰੀਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਸਮਝਾਉਂਦੇ ਨੇ। ਇਹ ਲੜੀਵਾਰ ਵਿਚਾਰ ਦਾਸ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਿਆ ਕਰੇਗਾ। ਕੱਲ੍ਹ ਫਿਰ ਇਸੇ ਤਰੀਕੇ ਨਾਲ ਹਾਜ਼ਰੀ ਭਰਾਂਗੇ। ਇੱਥੇ ਹੀ ਸਮਾਪਤੀ ਹੈ। ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।